ਵੈਸੇ ਤਾਈ ਆ ਵੱਡੀ ਬੰਬੀ ਵਾਲਾ ਭਜਨ ਸਿਆਹ ਤੇਰੇ ਪਿੱਛੇ ਛੜਾ ਹੀ ਮਰ ਗਿਆ। ਖੜਵੇ ਦਾਦੇ ਮੰਗਾਉਣਿਆ ਪ੍ਰਸ਼ਾਦ ਸਕੂਲ ਜਾਓ ਲੈ ਤੂੰ ਵੀ ਲੈ 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 ਉਹ ਕੁੜੀਓ ਤੁਸੀਂ ਵੀ ਲੈ ਇੱਥੇ ਹੀ ਸਤਿ ਸ਼੍ਰੀ ਅਕਾਲ ਉਹ ਤੁਸੀਂ ਕਾਲਜ ਨਹੀਂ ਗਈ ਆ ਉਹ ਜਲਦੀ ਜਾਓ ਕਾਲਜ ਦੇਰ ਹੋ ਜਾਏਗੀ। ਅੰਮਾ ਅਰੇ ਉਹਦੀਆਂ ਪਰਚੀਆਂ ਆਈਆਂ ਨੇ। ਨਾ ਤੈਨੂੰ ਕੀ ਹੋਇਆ ਵੇ? ਉਹ ਕੁਝ ਨਹੀਂ ਅੰਮਾ, ਉਹ ਨਾ ਚੱਪਲ ਦੀ ਬਦਰੀ ਨਿਕਲ ਗਈ ਬਸ। ਮੂੰਹ ਤਾਂ ਐ ਬਣਾਇਆ ਜਿਵੇਂ ਪੈਰਾਂ ਥੱਲੇ ਭੁਚਾਲ ਆ ਗਿਆ ਹੁੰਦਾ। ਤੂਫਾਨ ਖਾਨੂੰ ਇਹਦੇ ਬਿੱਛੂ ਆਇਆ ਪੈਰ ਥੱਲੇ ਮਰਨੇ ਦੇ। ਆ ਵੀ ਲੈ ਜਾ ਤੁਸੀਂ ਉਹਦੀ ਮਸਤੀਆਂ ਦੀ। ਮਰ ਜਾਣੇ ਓਏ ਹਿੱਲ ਗਈ ਓਏ ਓ ਪਿੰਡਾ ਲਿਓ। ਹਰ ਤੈਨੂੰ ਦੱਸਾਂ ਮੈਂ ਤਾਈ ਹਿੱਲ ਗਈ ਪਿੰਡਾ ਲਿਓ ਓ ਵਿਚਾਰੋ ਓਏ ਤਾਈ ਹਿੱਲ ਗਈ। ਸੁੱਕੀ ਪਰੌਠੀ ਕਿਉਂ ਖਾ ਰਹੀ ਹੈ? ਮੱਖਣ ਨਾਲ ਖਾ। ਮੈਨੂੰ ਨਹੀਂ ਸਵਾਦ ਲੱਗਦਾ ਮੱਖਣ ਮੁੱਖਣ। ਲੈ ਪੁੱਤ ਫਿਰ ਦੁੱਧ ਨਾਲ ਖਾ ਲਾ। ਦੁੱਧ ਤੇ ਮਲਾਈ ਆਈ ਹੋਈ ਹੈ।
ਨੀ ਕਿੱਥੇ ਮਰ ਗਈ ਨਪੁੱਤੀਏ, ਪਰੌਠਾ ਲੈ ਕੇ ਆ। ਲੈ ਆਈ ਬੀਬੀ। ਨਾ ਪੁੱਤ, ਇਹ ਤਾਂ ਮੱਖਣ ਵਾਲੀ ਆ। ਬੀਬੀ ਪਰੌਂਠਾ ਰੱਖ ਦੇ। ਨੀ ਤੈਨੂੰ ਕਿੰਨੇ ਵਾਰੀ ਕਿਹਾ ਕਿ ਦੁੱਧ ਪੁਣ ਕੇ ਲੈ ਕੇ ਆਇਆ ਕਰ। ਨੀ ਕੀ ਆਨੇ ਪਾੜ ਪਾੜ ਝਾਕੀ ਜਾਨੀ ਆ, ਹੁਣ ਤੂੰ ਮੇਰੀ ਧੀ ਰਾਣੀ ਨੂੰ ਨਜ਼ਰ ਲਾਏਂਗੀ? ਜਾ ਦਫਾ ਇੱਥੋਂ। ਮੇਰੀ ਧੀ ਰਾਣੀ ਹੋਰ ਰੋਟੀ ਖਾਊਗੀ? ਬਸ ਬੀਬੀ। ਨੀ ਹੁਣ ਕੀ ਚੰਦ ਚਾੜਦਾ? ਬੀਬੀ ਮੇਰਾ ਹੱਥ ਜਲ ਗਿਆ ਤਾਂ ਵੀ ਨਾ ਲੱਗ ਕੇ। ਆ ਪਰੌਠਾ ਤਾਂ ਨੀ ਮਚਾਤਾ? ਗਲਤੀ ਹੋ ਗਈ ਬੀਬੀ। ਲੱਗਦੀ ਗਲਤੀ ਦੀ। ਆਪਾਂ ਸਕੂਲ ਚੱਲੀਏ? ਚੱਲ ਮੇਰਾ ਪੁੱਤ, ਚੱਲ ਬਸਤਾ ਚੱਲ। ਮੇਰੇ ਆਉਂਦੀ ਨੂੰ ਭਾਂਡੇ ਮਾਂਜ ਕੇ, ਕੱਪੜੇ ਧੋ ਕੇ, ਘਰ ਦਾ ਸਾਰਾ ਕੰਮ ਮੁਕਾ ਕੇ ਸਕੂਲ ਦਾ ਨਾ ਲਈ, ਨਹੀਂ ਤਾਂ ਤੇਰੀਆਂ ਲੱਤਾਂ ਤੋੜ ਦੂ। ਨਾਲੇ ਆ ਮੱਚਿਆ ਹੋਇਆ ਪਰੌਠਾ ਤੂੰ ਹੀ ਝੁਲਸ ਲਈ। ਚੱਲ ਪੁੱਤ। ਪਤੜੀ ਤੀ ਤੇਰੀ ਬਾਪੂ ਮੈਨੂੰ ਬੀਬੀ ਤੋਂ ਬਹੁਤ ਡਰ ਲੱਗਦਾ। ਤੈਨੂੰ ਛੋਟੇ ਸਾਹਿਬਜ਼ਾਦਿਆਂ ਦੀਆਂ ਕਹਾਣੀਆਂ ਸੁਣਾਉਣਾ ਹੁੰਦਾ ਨਾ, ਕਿ ਕਿਵੇਂ ਉਹ ਐਡੇ ਜ਼ਾਲਮ ਨਵਾਬ ਤੋਂ ਵੀ ਨਹੀਂ ਸੀ ਕਾਬਰੇ। ਹੰਝੂ ਸਿੱਟ ਕੇ ਕਦੇ ਤਕਦੀਰਾਂ ਨਹੀਂ ਬਦਲਦੀਆਂ ਪੁੱਤਾ, ਵਾਅਦਾ ਕਰ ਸ਼ੇਰਾ, ਕਦੇ ਰੋਣਾ ਨਹੀਂ, ਕਦੇ ਡੋਲਣਾ ਨਹੀਂ, ਜ਼ੁਲਮ ਅੱਗੇ ਕਦੇ ਝੁਕਣਾ ਨਹੀਂ, ਵਾਅਦਾ ਕਰਤੀ ਹੈ। ਕੀ ਪੁੱਠੀਆਂ ਪਾੜਤਾ ਪੜਾਈ ਜਾਂਦਾ ਇਹਨੂੰ, ਡੱਕਾ ਤੋੜ ਕੇ ਦੂਰਾ ਤਾਂ ਇਹ ਪਹਿਲਾਂ ਹੀ ਨਹੀਂ ਕਰਦੀ, ਸਾਰਾ ਘਰ ਦਾ ਕੰਮ ਮੈਂ ਕਰਦੀ ਹਾਂ। ਚੱਟ ਲੈ ਇਹਨੂੰ, ਫਿਰ ਇਹੋ ਜਿਹੀਆਂ ਹੀ ਉੱਧਰ ਜਾਂਦੀਆਂ। ਜਿੰਦਰ ਕਰ, ਤੇਰੇ ਕਰਕੇ ਅੱਜ ਇਹਨੇ ਮੇਰੇ ਤੇ ਪਹਿਲੀ ਵਾਰੀ ਹੱਥ ਚੱਕਿਆ, ਤੇਰੇ ਕਰਕੇ ਨਪੁੱਤੀਏ। ਮੇਹਰ, ਮੈਂ ਰੋਜ਼ ਹੀ ਭੁੱਲ ਜਾਂਦੀ ਹਾਂ। ਸ਼ਾਬਾਸ਼ ਮੇਰੋ, ਸ਼ਾਬਾਸ਼ ਸ਼ਾਬਾਸ਼।
ਅੱਜ ਦੀਪੇ ਨੂੰ ਫੇਰ ਪੜ੍ਹਦੇ ਮਾਤਾ ਮੇਰ ਨੇ ਚੱਕੋ ਗਲਾਸ ਤੇ ਪੀਓ ਦੁੱਧ ਨਿੱਕੀ ਨਿੱਕੀ ਲੈਚੀਆਂ ਵਾਲਾ ਤੈਨੂੰ ਕੀ ਕਹਿੰਦਾ ਸੀ? ਤਾਇਆ ਮੈਂ ਕੁਛ ਨੀ ਕਿਹਾ, ਮੈਂ ਤੈਨੂੰ ਇੰਨੀ ਗੱਲ ਕਹੀ ਆ ਵੀ ਤੂੰ ਲੇਟ ਹੋ ਗਿਆ। ਉਹ ਮੈਨੂੰ ਦੱਸ ਕੀ ਕਹਿੰਦਾ ਸੀ? ਬਾਗੜ ਬਿੱਲਾ ਆਹੀ ਪਤਾ ਨੀ ਆਹ ਕੀ। ਓਏ ਦੱਸ ਦੇ ਪਤੰਦਰਾ ਕੀ ਕਹਿੰਦਾ ਸੀ ਇਹ ਹਰਾਮੀ। ਓਹੋ ਤਾਇਆ, ਸਮਝ ਤਾਂ ਮੈਨੂੰ ਵੀ ਨੀ ਆਈ ਕਿ ਇਹਨੂੰ ਉਹ ਦੱਸ ਗਾ। ਹਾਂ ਤੈਨੂੰ ਸਨੇਡਾ ਕਹਿ ਕੇ ਕੀ ਮਿਲਦਾ ਇਹਨੂੰ? ਭਜਨ ਦੀ ਪਿਆਰ ਸੰਭਲ ਕੇ ਸੰਭਲ ਕੇ ਆ ਬਹਿ ਜਾ ਮੇਰੇ ਮਗਰ, ਮੈਂ ਛੱਡਿਆ ਵਾ ਤੈਨੂੰ ਘਰੇ। ਨਾ ਤੈਨੂੰ ਸ਼ਰਮ ਨੀ ਆਉਂਦੀ? ਠਰਕੀ ਜਿਹਾ ਦੇਖ ਲੋ, ਭਲਾਈ ਦਾ ਜਮਾਨਾ ਹੀ ਨਹੀਂ ਰਿਹਾ ਹੁਣ। ਆ ਪੱਠੇ ਤਾਂ ਚਕਾ ਦਾ, ਚਕਾ ਹੁਣ। ਓਏ ਹੋਏ ਪਾਰ ਘੱਟ ਚੱਕਿਆ ਕਰ, ਦਫਾ ਹੋ। ਓ ਦੀਪੇ, ਹਾਂ ਵਾਈ ਇਸ ਦਿਸ ਗੱਡਾ ਸੋ ਸਲੋ? ਚਾਚਾ ਪਹਿਲੇ ਚ ਜਾਣਾ ਟਾਪ ਵੀ ਪਾ ਲਾ ਇਹਦਾ। ਲੈ ਪੁੱਤ ਹੁਣੇ ਪਾ ਦਿੰਦੇ ਆ, ਉਹ ਬੱਗਿਆ ਯਾਰ। ਘੱਟ ਜ਼ੋਰ ਲਾ ਲਿਆ ਕਰ ਵੀਰੇ, ਸਾਰੇ ਹੱਡ ਪੋਲੇ ਕਰਕੇ ਰੱਖਤੇ ਅੱਜ ਤਾਂ ਤੈਂ। ਉਹ ਕਬੱਡੀ ਸ਼ੇਰਾਂ ਦਾ ਯੁੱਧ ਹੈ, ਲੈ ਤੇ ਇਹਨੂੰ ਸ਼ੇਰ ਬਣ ਕੇ ਖੇਡਿਆ ਜਾਂਦਾ। ਉਹ ਤੂੰ ਰਹਿਣ ਦੇ, ਤੇਰੇ ਵਾਂਗੂ ਮਿਆਉਂ ਮਿਆਉਂ ਕਰਕੇ ਨਹੀਂ ਮੇਰੀ ਬਿੱਲੀ ਹੈ। ਜਾ ਤੈਨੂੰ ਮੈਂ ਬਣਾਉਣਾ ਸ਼ੇਰ। ਆ ਜਾ ਸਾਲ, ਚੱਲ ਆ ਜਾ ਆ ਜਾ, ਖੜ ਜਾ ਖੜ ਮਹਿਰ ਆ ਗਿਆ। ਲੈ ਹੁਣ ਨਹੀਂ ਜਾਣ ਦਿੰਦਾ ਤੈਨੂੰ। ਏ ਆਪਣਾ ਹਾਂ
ਹਾਲ ਹੈ ਪਾਤਾ ਰਾਣੀ ਹਾਰ ਨਾ ਐਵੇਂ ਕਿਵੇਂ ਸੀਪ ਲੱਗ ਗਈ ਯਾਰ ਇਹਨੇ ਤਾਂ ਨੀਲਾ ਬੰਨਿਆ ਸੀ ਉਹ ਤੂੰ ਮੈਨੂੰ ਪੁੱਤ ਖੇਡਣਾ ਨਾ ਸਿਖਾ ਮੈਂ ਉਦੋਂ ਦਾ ਖੇਡਦਾ ਜਦੋਂ ਤੂੰ ਜੰਮਿਆ ਵੀ ਨਹੀਂ ਸੀ ਉਹ ਮੈਂ ਜਾਣਦਾ ਤੈਨੂੰ ਬੜੇ ਜਾਗਰ ਘਲੋਟੀ ਵਾਲੇ ਨੂੰ ਉਹ ਤੂੰ ਢੱਕਿਆ ਰਹਿ ਚਾਰ ਸਾਲ ਪਹਿਲਾਂ ਤੇ ਕੱਚੇ ਪਏ ਤੇ ਘੀਸਿਆਂ ਘਸੀੜਦੇ ਰਹੇ ਆ ਯਾਰ ਲੰਬੜਾ ਨੇ ਬੰਨ ਕੇ ਕੁੱਟਿਆ ਤੀ ਯਾਦ ਆ ਨਾਲੇ ਤੁਹਾਨੂੰ ਤਾਂ ਕੋਈ ਕੁੜੀ ਦੇ ਕੇ ਨੀ ਰਾਜੀ ਕਹਿੰਦੇ ਡਾਕੂਆਂ ਦਾ ਲਾਣਾ ਬਾਲਾ ਕੱਬਾ ਨਾ ਤੁਹਾਨੂੰ ਗਾਹਾਂ ਜਾਉਣਾ ਮੋੜ ਦੇ ਗਿਆ ਆਪਦੀ ਗੱਦੀ ਉਹ ਤੂੰ ਬਹਿ ਜਾ ਮੈਂ ਤਾਂ ਹੋਰ ਨਾ ਕੁਛ ਕਰਾ ਕੇ ਬਹਿ ਜਾਈਂ ਇੱਥੇ ਨਾ ਹੁਣ ਆਪਦੀ ਵਾਰ ਨੂੰ ਮਿਰਚਾਂ ਲੜਦੀਆਂ ਇਹਨੂੰ ਮਾਰਦਾ ਜਵਲੀਆਂ ਚੁੱਪ ਕਰ ਜੋ ਇਹ ਜਵਾਕਾਂ ਨੂੰ ਲੜਨ ਲੱਗੇ ਆ ਨੀ ਰੋਂਡੀ ਫਟ ਲੋ ਅੰਮਾ ਜੀ ਆ ਗਏ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੰਮਾ ਜੀ ਹਾਂਜੀ ਸਰਪੰਚ ਸਾਹਿਬ ਆਪਣੇ ਗੁਰਦੁਆਰੇ ਦੀ ਜਗ੍ਹਾ ਅੰਦਰੋਂ ਤੰਗ ਹੈ ਕਿਉਂ ਨਾ ਫਿਰਨੀ ਤੇ ਨਵੇਂ ਗੁਰਦੁਆਰੇ ਦੀ ਸਾਰੀ ਕੀਤੀ ਜਾਵੇ ਨਾਲੇ ਪਿੰਡ ਦੀ ਸ਼ਾਨ ਬਣ ਜੂ ਇਹ ਤਾਂ ਤੁਸੀਂ ਬਹੁਤ ਹੀ ਚੰਗਾ ਸੋਚਿਆ ਨਾਲੇ ਕੁੜੀਆਂ ਦਾ ਸਿਲਾਈ ਸੈਂਟਰ ਖੁੱਲ ਜਾਓ ਅਸੀਂ ਕਿੱਲੇ ਦੇ ਹਿਸਾਬ ਨਾਲ ਹਰ ਘਰ ਦੀ ਸੇਵਾ ਲਾਉਣ ਦੀ ਸੋਚੀ ਹੈ ਕਿੱਲੇ ਕਾਹਦੇ ਸਰਪੰਚ ਸਾਹਿਬ ਦੂਰ ਦੂਰ ਤਾਂ ਕਿੱਲੀਆਂ ਆਉਂਦੀਆਂ ਜੇ ਕਿਸੇ ਕੋਲ ਜ਼ਮੀਨ ਨਾ ਹੋਵੇ ਫਿਰ ਜ਼ਮੀਨ ਤਾਂ ਜੱਟਾਂ ਕੋਲ ਹੁੰਦੀ ਹੋਈ ਹੈ ਜੀ ਤਾਂ ਫਿਰ ਗੁਰਦੁਆਰਾ ਜੱਟਾਂ ਦਾ ਹੀ ਬਣੇਗਾ ਸਾ ਜਾਤ ਸਾ ਪਥ ਹੈ ਜਿਹੇ ਕਰਮ ਕਮਾਏ ਸਾਡੇ ਗੁਰੂਆਂ ਨੇ ਤਾਂ ਹਰਿਮੰਦਰ ਸਾਹਿਬ ਦੇ ਵੀ ਚਾਰ ਦਰਵਾਜ਼ੇ ਰੱਖੇ ਨੇ ਫਿਰ ਤੁਸੀਂ ਦੱਸੋ ਜੀ ਕੀ ਕਰੀਏ ਜੇ ਤੁਸੀਂ ਸਾਰੇ ਜਣੇ ਰਲ ਕੇ ਗੁਰੂ ਘਰ ਬਣਾਉਣਾ ਚਾਹੁੰਦੇ ਹੋ ਤਾਂ ਵੱਡੀ ਪਹੀ ਤੇ 6 ਕਨਾਲਾਂ ਮੈਂ ਦਿੰਨੀ ਹਾਂ ਇਹ ਸ਼ੁਭ ਕਾਰਜ ਤਾਂ ਤੁਹਾਡੀ ਮਿਹਰ ਸਦਕਾ ਹੋਇਆ ਸਮਝੋ ਪਹਿਲਾਂ ਮੜੀਆਂ ਇੱਕ ਥਾਂ ਕਰਤੀ ਹੁਣ ਗੁਰਦੁਆਰਾ ਕਰਨ ਕਰਾਵਣ ਆਪੇ ਆਪ ਮਾਨਸ ਕੇ ਕਿਸ ਨਾਹੀ ਹਾਥ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਥਣੇ ਚੱਲੂ ਕੀ ਗੱਲ ਚਾਚੀ ਸਾਰੇ ਟੱਬਰ ਮੈਂ ਦਵਾਲੇ ਹੋਇਆ ਕੀ ਕਿਹਾ ਪਹਿਲਾਂ ਕੰਨਾਂ ਚੋ ਇਹ ਘੜੂਕੇ ਜੇ ਕੱਢ ਲੈ ਦੇ ਭਾਈ ਪਾਠ ਸੁਣ ਲਈਦਾ ਘੜੀ ਕੀ ਕਹਿੰਦਾ ਸੀ ਤੂੰ ਮੈਂ ਕਿਹਾ ਸਾਰਾ ਟੱਬਰ ਡਾਂਗਾ ਚੱਕੀ ਮੱਝ ਦੁਆਲੇ ਫਿਰਦਾ ਕੀ ਗੱਲ ਕੀ ਦੱਸਾਂ ਬਾਲੀਓ ਹੱਥੜ ਹੈ ਦੀਪਾ ਜੀ ਘਰੇ ਨੀ ਮੋਦੀਆਂ ਤੰਦਾਂ ਚਾਚੀ ਮੋਦੀਆਂ ਤੂੰ ਆਪ ਦੇ ਲਾ ਲਿਆ ਕਰ ਅੱਛਾ ਇਹ ਕਿਹੜਾ ਪਾਠ ਹੋਇਆ ਉਹ ਖਰਜਾ ਸੱਪ ਲੜਨੀ ਏ ਤੇਰੇ ਖੁੱਲੜੇ ਸਾਂਗ ਨੂੰ ਮਾਰ ਕੇ ਤੰਗਲੀ ਨਾ ਤੇਰੇ ਖੁੱਲੜੇ ਕੌਣ ਛਾਂਗੂ ਪਤਾ ਨਾ ਤੈਨੂੰ ਮੈਂ ਤਾਂ ਨਿਆਣੇ ਤੋਂ ਕੋਈ ਹੋਰ ਹੀ ਗੱਲ ਸੁਣੀ ਹੈ ਕਿਹੜੀ ਪਹਿਲਾਂ ਮੈਂ ਸੁਣਿਆ ਪਿੰਡ ਦੇ ਨਿਆਣੇ ਤੈਨੂੰ ਲੇਡਾ ਲੇਡਾ ਕਹਿੰਦੇ ਲੇਡਾ ਨੀ ਛਲੇਡਾ ਕਹਿੰਦੇ ਹੈ ਛਲੇਡਾ ਕੀ ਕਿਹਾ ਛਲੇਡਾ ਛਲੇਡਾ ਕਹਿੰਦੇ ਸਲੇਡਾ ਸਲੇਡਾ ਤਾਂ ਹੁੱਬ ਕੇ ਆਇਆ ਕਹਿੰਦਾ ਜਿਵੇਂ ਫੌਜ ਚੋਂ ਨਵਾਂ ਲੈ ਕੇ ਆਇਆ ਹੁੰਦਾ ਉਹ ਤੇਰੇ ਲੜ ਜਾ ਦਮੂਹੀ ਸਪਣੀ ਚੰਦਰੀ ਦੇ ਨਾ ਤੇਰੇ ਨਾ ਲੜ ਜੂ ਕੌਡੀਆਂ ਵਾਲਾ
ਤੇਰੀ ਜੱਗੀ ਸਿਆ ਕੀ ਆ ਡੰਗਰ ਪਿਆਰ ਨਾਲ ਕਾਬੂ ਆਂਦਾ ਹੈ ਪਿਆਰ ਨਾਲ ਅਲ ਆਪੇ ਚੋਲਾ ਜਿਆਦੇ ਤੱਤਾ ਆ ਨਾ ਟੁੱਟ ਪੈਣਾ ਠਰਕੀਆ ਆ ਉੱਤੇ ਤਾਂ ਫੁੱਲਾਂ ਵਾਲਾ ਕੁੜਤਾ ਚਾੜ ਰੱਖਦਾ ਹੈ ਆ ਚਾਦਰਾ ਵੀ ਬਦਲ ਲਿਆ ਕਰ ਜਾਏ ਖਣੇ ਦੀ ਉੱਲੀ ਜੰਮੀ ਪਈ ਹੈ ਚਾਚੀ ਤੇਰੀ ਨਜ਼ਰ ਹਰ ਵੇਲੇ ਮੇਰੇ ਚਾਦਰੇ ਤੇ ਹੀ ਰਹਿੰਦੀ ਹੈ ਪਰ ਚਾਚੀ ਇੱਕ ਗੱਲ ਹੈ ਤੁਹਾਡੀ ਮੱਝ ਵੀ ਜੋ ਤੁਹਾਡੇ ਟੱਬਰ ਤੇ ਗਈ ਹੈ ਚੰਗਾ ਹੋਇਆ ਇਹਨੇ ਦੁੱਧ ਨਹੀਂ ਦਿੱਤਾ ਨਹੀਂ ਤਾਂ ਇਹਦਾ ਦੁੱਧ ਜਿਹਦੇ ਵੀ ਘਰ ਜਾਂਦਾ ਕਲੇਸ਼ ਹੀ ਪਾਉਂਦਾ ਕਿਉਂ ਜੀ ਚੰਗਾ ਭਾਈ ਡਾਂਗਾ ਵੱਜਣ ਵਾਲੀਆਂ ਨੇ ਇਹਨੂੰ ਡਾਂਗਾ ਵੀ ਖਾ ਲਾਂਗੇ ਮੁੰਡੇ ਪਟੀਨ ਪੈਂਦੇ ਆ ਉਹ ਤਾਂ ਹੀ ਤਾਂ ਬਣਦੇ ਆ ਡੋਲੇ ਛੋਲੇ ਲੈ ਤੂੰ ਵੀ ਪੀ ਲੈ ਚੱਲ ਮਸ਼ਕਰੀਆਂ ਕਰਦਾ ਮਾਂ ਨਾਲ ਮੈਂ ਕੀ ਘੁਲਦਾ ਵੈਸੇ ਮਾਂ ਸੋਚ ਕੇ ਤਾਂ ਵੇਖ ਤੂੰ ਬਣਾ ਪਿੰਡ ਦੀ ਬੁੜੀਆਂ ਦੀ ਕਬੱਡੀ ਦੀ ਟੀਮ ਉਹ ਨਹੀਂ ਸੱਚੀ ਅੱਛਾ ਤੇ ਤੂੰ ਬਣ ਉਹਨਾਂ ਦੀ ਕਪਤਾਨ ਤੇ ਮੇਰੇ ਅੰਗ ਤੂੰ ਹੀ ਜਾਇਆ ਕਰ ਰੇਡ ਤੇ ਬੱਦੋਵਾਲ ਦੀ ਸ਼ੇਰਨੀ ਬੱਦੋਵਾਲ ਦੀ ਸਰਦਾਰਨੀ ਜਿੰਦ ਕੌਰ ਰੇਡ ਪਾਰ ਚੱਲੀ ਹੈ ਮੇਰ ਹੜਦਾ ਨਹੀਂ ਤੂੰ ਬੱਦੋਵਾਲ ਦੀ ਸ਼ੇਰ ਬੱਦੋਵਾਲ ਦੀ ਜਿੰਦ ਕੌਰ ਬੱਦੋਵਾਲ ਦੀ ਸਰਦਾਰਨੀ ਜਿੰਦ ਕੌਰ Happy birthday to you Happy birthday to you Happy birthday to you Chal chal cake kato
ਵਿੱਚ ਹੱਲ ਵੰਦ ਦੱਬ ਦੱਬ ਕੇ ਪੱਤਿਆਂ ਦੀ ਚੂੜੀ ਖਾਂਦੇ ਰੱਜ ਰੱਜ ਕੇ ਮੇਹਰ ਇਹ ਘਰਾਂ ਦਾ ਟਾਈਮ ਹੈ ਉਹ ਮੈਨੂੰ ਕੀ ਪਤਾ ਸੀ ਸਾਡੇ ਥਾਣੇਦਾਰ ਸਾਹਿਬ ਔਨ ਡਿਊਟੀ ਨੇ ਜਿਹੜੀ ਮਾਂ ਦਾ ਇਕੱਲਾ ਇਕੱਲਾ ਪੁੱਤ ਅੱਧੀ ਰਾਤ ਬਾਹਰ ਧੱਕੇ ਖਾਂਦਾ ਫਿਰੇ ਉਹਨੂੰ ਨੀਂਦ ਆ ਜਾਊ ਭਲਾ ਉਹ ਕੀ ਸੁੰਘਦੇ ਹੋ ਤੈਨੂੰ ਪਤਾ ਤੁਹਾਨੂੰ ਕੀ ਲੱਗਦਾ ਮੈਂ ਸ਼ਰਾਬ ਪੀ ਗਿਆ ਉਹ ਮਾਂ ਤੁਸੀਂ ਨਾ ਚੰਡੀਗੜ੍ਹ ਪੁਲਿਸ ਵਾਲਾ ਭਾਂਬੂ ਲੈ ਲਓ ਆਉਂਦੇ ਨੇ ਮੂੰਹ 'ਚ ਠੂਸ ਦਿਆ ਕਰੋ ਮਾਂ ਤੁਸੀਂ ਤਸੱਲੀ ਕਰ ਲਿਆ ਕਰੋ ਮੇਹਰ ਇਹ ਗੱਲ ਮੈਂ ਤੈਨੂੰ ਦੱਸ ਦੇਵਾਂ ਮੈਂ ਇਹੋ ਜਿਹੀਆਂ ਹਰਕਤਾਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੀ ਉਹ ਕਰ ਦੂੰਗਾ ਸਭੇ ਪੂਰੀਆਂ ਤੇਰੀਆਂ ਡਿਮਾਂਡਾਂ ਜਿਹੜੀਆਂ ਉਹ ਮੈਨੂੰ ਕੂਪਰ ਲੈ ਦੂੰਗਾ ਉਹਨੇ ਵਿੱਚ ਬੈਠ ਕੇ ਤੂੰ ਮਾਰੀ ਗੇੜੀਆਂ ਉਹ ਤੈਨੂੰ ਮੈਨੂੰ ਕੂਪਰ ਲੈ ਦੂੰਗਾ ਉਹ ਵਿੱਚ ਬੈਠ ਕੇ ਤੂੰ ਮਾਰੀ ਗੇੜੀਆਂ ਉਹ ਤੁਸੀਂ ਨਵੀਆਂ ਮੁਰਗੀਆਂ ਲੱਭੋ ਤੁਹਾਡੇ ਖਾਣ ਜੋਗਾ ਤਾਂ ਲਿਫਾਫੀਆਂ ਦਾ ਝਾੜ ਨਹੀਂ ਮੁੱਕਣਾ ਤੂੰ ਫਿਕਰ ਨਾ ਕਰ ਬਾਈ ਨਾਲੇ ਇੱਕ ਗੱਲ ਦਾ ਧਿਆਨ ਰੱਖਿਓ ਓਏ ਪੈਸੇ ਪਹਿਲਾਂ ਉਹ ਪੈਸੇ ਤਾਂ ਜੇਬ 'ਚ ਲਈ ਫਿਰਦੇ ਆ ਬਾਈ ਆ ਫੜ ਗੱਲ ਹੈ ਕੋਈ ਉਹ ਕੱਢੋ ਤੂੰ ਵੀ ਅੰਮਾ ਇੱਥੇ ਮੇਹਰ ਮੇਹਰ ਉਹ ਯਾਰ ਤੂੰ ਸੌਣ ਆਇਆ ਕਾਲਜ ਸਾਲਿਆ ਕੱਲ ਤਾਂ ਬੜੇ ਨਿੰਬੂ ਪਾ ਦਿੰਦਾ ਫੁੱਫੜ ਨੂੰ ਹੈਂ ਸੌਣ ਦੇ ਮੈਨੂੰ ਉਹ ਯਾਰ ਤੈਂ ਕਿਹੜਾ ਇਕੱਲੇ ਨਹੀਂ ਪੀਤੀ ਅਸੀਂ ਵੀ ਤਾਂ ਪੀਤੀ ਹੋਈ ਆ ਓਹੋ ਤੰਗ ਨਾ ਕਰੋ ਮੈਨੂੰ ਮੈਂ ਪ੍ਰੈਕਟਿਸ ਵੀ ਲਾਉਣੀ ਹੈ ਉਹ ਯਾਰ ਸਾਰਾ ਸਾਲ ਪ੍ਰੈਕਟਿਸ ਹੀ ਲਾਉਣੀ ਆ ਚੱਲ ਆ ਜਾ ਕਬੂਤਰੀਆਂ ਦੇਖੀਏ ਸਾਲਿਆ ਤੈਨੂੰ ਹੋਰ ਕੋਈ ਕੰਮ ਹੈ ਨੀ ਕਦੇ ਪੜ ਪੜ ਵੀ ਲਿਆ ਕਰ ਸਾਲਾ ਕਬੂਤਰੀਆਂ ਦਾ ਸ਼ਾਬਾਸ਼ ਸ਼ਾਬਾਸ਼ ਪੜੋ ਪੜੋ ਕੋਈ ਨਾ ਪੜੋ ਮੇਰੇ ਵੀ ਨੋਟਸ ਪੂਰੇ ਕਰਦੀ ਤੇਰੀ ਇੱਕ ਝਲਕ ਮੈਨੂੰ ਪਾਗਲ ਕਰ ਗਈ ਲੈ ਵੀ ਮੇਰ ਸਿਆ ਜੇ ਤੇਰੀ ਖੁੰਮਣਾ ਠੱਪੀ ਨਾ ਤਾਂ ਮੇਰਾ ਨਾਮ ਵੀ ਦੀਪਾ ਨਹੀਂ ਮੇਰੇ ਸਾਹਾਂ ਤੋਂ ਵੀ ਨੇੜੇ ਤੇਰੀ ਇੱਕ ਝਲਕ ਮੈਨੂੰ ਪਾਗਲ ਕਰ ਗਈ ਵਾਅਦਾ ਰਿਹਾ ਮੇਰਾ ਇਹ ਲਵ ਲੈਟਰ ਕਿਸੇ ਦਿਨ ਸਾਡੇ ਪਿਆਰ ਦਾ ਕਿੱਸਾ ਬਣ ਜਾਵੇਗਾ ਓ ਵਾਹ ਸਰ ਬੜਾ ਵਧੀਆ ਲਿਖਿਆ ਸ਼ਟ ਅਪ ਇਹ ਲਵ ਲੈਟਰ ਤੂੰ ਲਿਖਿਆ ਮੈਨੂੰ ਹੈ ਲਵ ਲੈਟਰ ਓ ਇੰਨੀ ਗੰਦੀ ਲਿਖਾਈ 'ਚ ਕੋਈ ਲਵ ਲੈਟਰ ਲਿਖਦਾ ਸਰ ਇਹ ਪੱਟੂ ਨੇ ਲਿਖਿਆ ਕੀ ਹੈ ਨਵੀਓ ਲਿਪੀ ਬਣਾਤੀ ਅਨਾ ਤੇਰਾ
ਨਾਂ ਤਾਂ ਮੇਰਾ ਹੀ ਹੈ ਜੀ। ਆ ਨੰਬਰ ਵੀ ਤੇਰਾ? ਨੰਬਰ ਵੀ ਮੇਰਾ ਹੀ ਹੈ ਜੀ। ਸਰ ਫਿਰ ਕੋਈ ਸ਼ੱਕ ਨਹੀਂ ਕਿ ਇਹ ਲੈਟਰ ਇਹਨੇ ਮੈਨੂੰ ਲਿਖਿਆ। ਹਾਂ ਸਰ ਇੱਕ ਮਿੰਟ, ਤੁਸੀਂ ਇਹਨੂੰ ਛੱਡੋ ਜੀ। ਓਏ ਕਾਪੀ ਨਾਲ ਘਰੇ ਪੋਚੇ ਮਾਰਦੇ ਹੁੰਦੇ ਹੋ। ਓ ਸਰ ਉਹ ਸ਼ਕਲ 'ਤੇ ਨਾ ਜਾਓ ਕਾਪੀ ਦੇ, ਆ ਲਿਖਾਈ ਦੇਖੋ ਕਿੰਨੀ ਸੋਹਣੀ ਹੈ। ਇਹ ਸ਼ਕਲੋ ਤੇ ਕਾਪੀ ਤੇਰੀ ਓ ਜਾਪਦੀ ਹੈ। ਸਰ ਇਹਦੇ ਦੋਸਤ ਨੇ ਮੈਨੂੰ ਆਪ ਦੱਸਿਆ ਵੀ ਇਹ ਲੈਟਰ ਇਹਨੇ ਮੈਨੂੰ ਲਿਖਿਆ। ਓਏ ਸੱਚ ਕਹਿ ਰਹੀ ਹੈ? ਓ ਸਰ ਇਹਦੀ ਛੱਡੋ ਜੀ, ਤੁਸੀਂ ਕੋਈ ਨਵਾਂ ਆਈਡੀਆ ਲਾਓ। ਇਮੈਜਿਨ ਕਰੋ ਕਿ ਜਿਵੇਂ ਆਪਣੇ ਰੇਨੂ ਮੈਡਮ, ਉਹਨਾਂ ਦੇ ਨਾਂ ਦਾ ਲੈਟਰ ਤੁਹਾਨੂੰ ਮਿਲੇ, ਭਾਵੇਂ ਤੁਸੀਂ ਆਪ ਹੀ ਲਿਖੋ, ਪਰ ਰੇਨੂ ਮੈਡਮ ਕੀ ਕਹਿਣਗੇ? ਕੀ ਕਹਿਣਗੇ? ਕੀ ਕਹਿਣਗੇ? ਇਹੀ ਨਾ ਕਿ ਲੈਟਰ ਮੈਂ ਨਹੀਂ ਲਿਖਿਆ ਪਰ ਪਰਸਾ ਸਰ ਉਹ ਪ੍ਰਪੋਜ਼ ਕਰਨ ਦਾ ਮੌਕਾ ਤਾਂ ਮਿਲ ਗਿਆ ਨਾ। ਓਏ ਅੱਜ ਤੇਰਾ ਲੰਚ ਮੇਰੇ ਵੱਲ ਹੈ। ਆ ਸਰ ਚਿਕਨ ਮੰਗਾ ਲਓ ਜੀ, ਮੈਂ ਥੋੜਾ ਡਾਈ। ਸਰ ਇਹ ਝੂਠ ਬੋਲਦਾ ਹੈ। ਓਏ ਕੋਈ ਮੰਤਰੀ ਹੈ ਜਿਹੜਾ ਹਰ ਗੱਲ ਝੂਠ ਬੋਲੂਗਾ? ਦੇਖੋ ਸਰ ਆਹ ਲਵ ਲੂਵ ਲੈਟਰ 'ਚ ਤਾਂ ਆਪਾਂ ਕਦੇ ਲਿਖੇ ਨਹੀਂ, ਪਰ ਲੱਗਦਾ ਹੁਣ ਜ਼ਰੂਰ ਲਿਖਣੇ ਪੈਣਗੇ। ਚੰਗਾ ਸਰ ਮੈਂ ਚੱਲਦਾ ਜੀ, ਮੇਰੇ ਲੈਕਚਰ ਦਾ ਟਾਈਮ ਹੋ ਗਿਆ, ਤੁਹਾਨੂੰ ਤਾਂ ਪਤਾ ਹੀ ਮੈਂ ਕਿੰਨਾ ਪੜ੍ਹਾ। ਠੀਕ ਹੈ ਪੁੱਤ ਮੇਰਿਆ, ਨਿਸ਼ਾਨੇ ਤਾਂ ਵਿਨ ਵਿਨ ਕੇ ਮਾਰਦਾ। ਸਰ ਕੀ ਠੀਕ ਹੈ? ਤੁਹਾਡੇ ਸਾਹਮਣੇ ਕਹਿ ਗਿਆ ਕਿ ਮੈਨੂੰ ਲਵ ਲੈਟਰ ਲਿਖੂਗਾ। ਓ ਗੁੱਡੀ ਮੁੰਡਾ ਸਾਊ ਹੈ। ਓ ਮਾਈ ਗੋਡ ਕੀ ਗੱਲ ਹੈ ਜੀ, ਫੇਰ ਤੇਰਾ ਪਾਰਾ ਚੜਿਆ ਹੋਇਆ? ਸਾਡੇ ਕਾਲਜ ਦੇ ਪ੍ਰੋਫੈਸਰ ਵੀ ਬੇਵਕੂਫ ਤੇ ਮੁੰਡੇ ਵੀ। ਹਾਏ ਇੰਨਾ ਸੋਹਣਾ ਤਾਂ ਮੁੰਡਾ, ਸਾਰੇ ਕਾਲਜ ਦੀਆਂ ਕੁੜੀਆਂ ਮਰਦੀਆਂ ਨੇ ਉਹਦੇ ਤੇ। ਤੇ ਫਿਰ ਤੂੰ ਵੀ ਮਰ, ਤੂੰ ਹੀ ਰੱਖ ਲਾ। ਚੱਲ ਠੀਕ ਹੈ ਫਿਰ ਮੈਂ ਹੀ ਕਰ ਲੈਂਦੀ ਹਾਂ ਗੱਲ। ਓ ਸ਼ਟ ਅਪ, ਦੇਖ ਕਿੱਦਾਂ ਫੀਲਿੰਗ ਲੈ ਗਈ ਹੈ। ਚੱਲ ਕੋਈ ਨਾ, ਟਾਈਮ ਤਾਂ ਲੱਗ ਹੀ ਜਾਂਦਾ, ਚੱਲ। ਹਾਏ ਨੀ ਤਲਵੰਡੀ ਵਾਲੀ ਭੋਲੀਏ, ਪਤਾ ਨੀ ਕਿਹੜੀ ਚੱਕੀ ਦਾ ਆਟਾ ਖਾਂਦੀ ਆ, ਦਿਨੋਂ ਦਿਨ ਨਿਖਰਦੀ ਹੋ ਜਾਂਦੀ ਆ। ਮਲ ਮਲ ਪੱਬ ਧਰਦੀ ਓਏ ਜ਼ਮੀਨ ਤੇ। ਓਏ ਹੋਏ 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 ਏਟੀਐਮ ਆ, ਓਏ ਸ਼ਰਾਬੇ ਵਾਲੀ ਮੋਰਨੀ ਪਹਿਲਾਂ ਹੀ ਪਾਉਂਦੀ ਆਉਂਦੀ ਆ ਓਏ। ਆਹ ਸਾਲਾ ਜਹਾਜ਼ ਜਾ ਕੀ ਆਈ ਜਾਂਦਾ ਤੇਰੀ ਇੱਕ ਝਲਕ ਅਗਲ ਜਾ ਕਰ ਗਏ ਉੱਠ ਸਾਲਿਆ। ਓਏ ਓ ਵੀਰੇ ਯਾਰ ਗਲਤੀ ਹੋ ਗਈ ਸਾਲਾ, ਗਲਤੀ ਦਾ ਮੇਰੀ ਤਾਂ ਪੈ ਗਈ ਪੇਸ਼ੀ ਉੱਤੇ। ਵੀਰੇ ਮੈਨੂੰ ਤਾਂ ਸੋਹਣੀ ਲੱਗੀ ਯਾਰ, ਤੂੰ ਦੱਸ ਤੈਨੂੰ ਭਰਜਾਈ ਕਿਵੇਂ ਲੱਗੀ? ਹੈਂ ਇਹ ਦੀਪੇ ਇੱਕ ਗਲਤ ਹੈ। ਹਾਂ ਵੀਰੇ ਕਦੇ ਕਦੇ ਨਾ ਸਾਲਿਆ ਕੰਮ ਤਾਂ ਤੂੰ ਹੀ ਜਾਏ ਕਮਾਲ ਹੀ। ਕਿੱਦਾਂ ਲੱਗਿਆ ਫਿਰ? ਵਧੀਆ। ਬਹੁਤ ਵਧੀਆ। ਸਰਕਾਰ ਕਿੱਥੇ ਜਾਣਾ ਜੀ, ਮੈਂ ਛੱਡ ਦਿੰਦਾ। ਹਾਏ ਹਾਏ ਲੈ ਚੱਲ ਜਿੱਥੇ ਲੈ ਕੇ ਜਾਣਾ, ਮੱਸਾ ਮੱਸਾ ਤੇ ਕੋਈ ਪਿਆਰ ਕਰਨ ਵਾਲਾ ਮਿਲਿਆ ਸੱਜਣਾ। ਨਹੀਂ ਨਹੀਂ ਅਸਲ ਚ ਨਾ ਮੈਨੂੰ ਮਾੜਾ ਜਾ ਪਚੱਕਾ ਜਾ ਲੱਗ ਗਿਆ, ਮਾਫੀ। ਮਾਫੀ ਨਾ ਮੰਗ, ਫਿਰ ਜਾਨ ਮੰਗ ਲਾ ਬਿਸ਼ੱਕ ਦੀ। ਮੈਂ ਤੁਹਾਨੂੰ ਕੋਈ ਗਲਤ ਗੱਲ ਤਾਂ ਨਹੀਂ ਕਹੀ, ਮੈਨੂੰ ਸੌਣ ਲੱਗੇ ਦੁੱਧ ਵਾਲੀ ਡਰੰਮੀ ਦੀ। ਆਏ ਹਾਏ ਵੇ ਦੁੱਧ ਵਾਲੀ ਡਰੰਮੀ ਤੇ ਮੈਂ ਆਪ ਹੀ ਆ, ਅੱਖਾਂ ਅੱਖਾਂ ਚ ਤੇ ਮੇਰਾ ਸਾਰਾ ਜੋਬਨ ਪੀ ਗਏ ਸਾਜਨ ਜੀ। ਓਏ ਹੋਏ ਤੁਸੀਂ ਗਲਤ ਸਮਝ ਰਹੇ ਹੋ ਜੀ, ਗਲਤ ਸਮਝ ਰਹੇ ਹੋ, ਮੈਂ ਇਹੋ ਜਿਹਾ ਬੰਦਾ ਨਹੀਂ ਹੈ ਜਿਹੋ ਜਿਹਾ ਮੈਂ ਦਿਸਦਾ ਹੈ। ਹੁਣ ਸੱਚੀਆਂ ਪ੍ਰੀਤਾਂ ਪਾ ਕੇ ਮੁੱਕਰਦਾ ਆ ਡਿਆ। ਹਾਏ ਵੇ ਲੋਕੋ ਹੋਲੀ ਹੋਲੀ ਬੋਲੋ,
ਇਸ ਬਾਜ਼ਾਰ 'ਚ ਮੇਰੀ ਬਹੁਤ ਇੱਜ਼ਤ ਹੈ। ਨਾ ਤੇ ਮੇਰੀ ਕਿਹੜਾ ਇੱਜ਼ਤ ਅੰਟੀਨੇ ਤੇ ਟੰਗੀ ਆ, ਹਾਈਵੇ ਲੋਕੋ ਭਰੇ ਬਾਜ਼ਾਰ 'ਚ ਅਬਲਾ ਨਾਰੇ ਦੀ ਇੱਜ਼ਤ ਤੇ ਡਾਕਾ ਪੈ ਗਿਆ। ਓ ਦਲੇਰ ਸਿਆ, ਪੂਰਾ ਸ਼ਰਮ ਨੂੰ ਹੱਥ ਮਾਰ, ਹੁਣ ਤੇ ਤੂੰ ਇਨਸਾਫ ਕਰਨਾ ਵੀਰਾ। ਓ ਤਾਰਾ ਸਿੰਘ ਵੀਰੇ, ਮੈਂ ਤਾਂ ਉਹੀ ਮਜ਼ਾਕ ਜਿਹਾ ਕੀਤਾ ਸੀਗਾ। ਓ ਜੇ ਤੂੰ ਮਜ਼ਾਕ ਮਜ਼ਾਕ 'ਚ ਇਹਨਾਂ ਦੇ ਧੱਕੇ ਚੜ ਗਿਆ ਨਾ, ਤਾਂ ਤੇਰੀ ਸਾਰੀ ਉਮਰ ਢੋਲਕੀ ਵਜਾਉਂਦੇ ਦੀ ਲੰਘੂ। ਪਰ ਮੈਨੂੰ ਤਾਂ ਢੋਲਕੀ ਵੀ ਨਹੀਂ ਵਜਾਉਣੀ ਆਉਂਦੀ। ਆਏ ਹਾਏ, ਢੋਲਕੀ ਤਾਂ ਵਜਾਉਣੀ ਮੈਂ ਸਿਖਾ ਦੂੰ ਤੈਨੂੰ, ਤੂੰ ਚੱਲ ਤਾਂ ਸਹੀ ਮੇਰੇ ਨਾਲ। ਚਲੋ ਠੀਕ ਹੈ, ਇੱਕ ਮਿੰਟ ਤੁਸੀਂ ਨਾ ਇੱਥੇ ਥੋੜ੍ਹੀ ਦੇਰ ਖੜੋ, ਮੈਂ ਢੋਲਕੀ ਲੈ ਆਇਆ ਕਿਤੋਂ ਮੰਗ ਕੇ। ਆ ਜੀ ਛੇਤੀ। ਆ ਗਏ ਬਾਪੂ ਜੀ। ਕੀ ਹਾਲ ਚੜ੍ਹਦੀ ਕਲਾ? ਅੱਜ ਡੇਲੋ ਕਬੱਡੀ ਕੱਪ ਦਾ ਫਾਈਨਲ ਆ, ਤੁਸੀਂ ਵੀ ਚੱਲੋਗੇ? ਮੈਂ ਦਿੱਲੀ ਜਾਣਾ, ਇੱਕ ਤਾਂ ਦੂਜੇ ਸ਼ੈਲਰ ਦੀ ਫਾਈਲ ਪਾਸ ਕਰਾ ਕੇ ਲਿਆਉਣੀ ਆ। ਠੀਕ ਆ ਜੀ, ਮੈਂ ਸੋਚਦਾ ਕਿ ਸੀਐਮ ਨਾਲ ਗੱਲ ਕਰਕੇ ਟਿਕਟ ਪੱਕੀ ਕਰਾ ਲਿਆਵਾਂ। ਚੰਗਾ ਜੀ, ਤੂੰ ਜਾ। ਚੰਦੂ ਪਲਵਾਨ ਦਾ ਮੁੰਡਾ, ਮੈਨੂੰ ਹਾਰ ਨਹੀਂ ਪਸੰਦ। ਤੈ ਲਾ ਦੂੰ ਬਾਪੂ ਤੈ। ਲਓ ਜੀ, ਬੱਦੋਵਾਲ ਬਨਾਮ ਸੰਸਾਰਪੁਰ ਫਾਈਨਲ ਚ ਸਾਨਾ ਦਾ ਭੇੜ ਹੋਣ ਲੱਗਿਆ ਬਈ, ਟੀਮਾਂ ਗਰਾਊਂਡ ਚ ਪਹੁੰਚ ਗਈਆਂ। ਅੱਜ ਦੇਖਦੇ ਆ ਕੁੰਡੀਆਂ ਦੀ ਫਸਲ ਸਿੰਘ ਚੋਂ ਕਿਹੜੀ ਬੜੇ ਮੇ ਖਾਣੀ ਨਿਕਲਦੀ ਹੈ। ਪਹਿਲੀ ਰੇਡ ਬੱਦੋਵਾਲ ਜਾਂ ਮਿਹਰ ਟਾਲੀ ਦੇ ਮੁੱਖ ਵਰਗਾ ਦੂਰ ਦੂਰ ਕਰਦਾ ਪਿੰਡ ਹੈ, ਪਰ ਕਿੱਥੇ ਹੱਥ ਲੱਗਣ ਦਿੰਦਾ ਚੁੱਪ। ਅੱਜ ਤੱਕ ਖੋਲਤਾ ਨੰਬਰਾਂ ਦਾ ਭੰਡਾਰਾ। ਇੱਧਰੋਂ ਸੰਸਾਰਪੁਰੀ ਜਾਂ ਬਾਜ ਵਾਂਗ ਹੀ ਫੁਰਤੀਲਾ, ਹੁਣ ਸੁਨੱਖਾ ਅਗਲੀ ਰੇਡ ਆਉ ਤੱਕ ਮਾਰੀ ਡਾਜ ਨੰਬਰ ਸੰਸਾਰਪੁਰ ਦੇ ਖਾਤੇ। ਲਓ ਜੀ, ਅਗਲੀ ਰੇਡ ਬੱਦੋਵਾਲ ਜਾਂ ਏਡੀਅਮ ਰੇਡ ਦੀ ਹੈ, ਸੰਸਾਰਪੁਰੀ ਮਿੱਦੀ ਨੇ ਦਬੋਚ ਲਈ ਹੈ, ਆਹ ਨੰਬਰ ਸੰਸਾਰਪੁਰ ਦੇ ਖਾਤੇ। ਲਓ ਜੀ, ਅਗਲੀ ਰੇਡ ਬੱਦੋਵਾਲ ਜਾਂ ਸਿੱਧਾ ਪਰਵਾਨ ਰੇਡ ਦੀ ਹੈ, ਆਹ ਮਾਰਿਆ ਭਗਾ ਕੇ ਜਵਾਨ ਨੇ ਪਾਟੀ ਪਨੈਣ ਵਾਂਗੂ ਸੰਸਾਰਪੁਰੀ ਹੈ, ਇਹ ਆ ਸਿੱਧਾ ਪਰ ਨੰਬਰ ਬੱਦੋਵਾਲ ਦਾ। ਲਓ ਜੀ, ਖੁਸ਼ਖਬਰੀ ਵਿੱਚ ਖਾਸ ਅਨਾਊਂਸਮੈਂਟ, ਹਰ ਰੇਡ 'ਤੇ ਮਾਤਾ ਚਿੰਤ ਕੌਰ ਵੱਲੋਂ ਸਿਆਣੇ ਗੱਲਾਂ ਖੱਤੀਆਂ ਖੱਤੀਆਂ ਗ੍ਰਾਹਕਾਂ ਦਾ ਮਿਲਾਉਣੀਆਂ।
ਸਰਪੰਚ ਅਮਰਜੋਤ ਸਿੰਘ ਪਤੋਵਾਲ ਤੇ ਗ੍ਰਾਮ ਪੰਚਾਇਤ ਵੱਲੋਂ 11,000 ਰੁਪਇਆ ਜਿੱਤੂ ਟੀਮ ਨੂੰ ਦਿੱਤਾ ਜਾਵੇਗਾ। ਲਓ ਦੇਖੋ ਮੈਚ ਪੂਰਾ ਸਿਖਰਾਂ ਤੇ ਹੈ, ਦਰਸ਼ਕ ਵੀਰਾਂ ਦੀ ਟਿਕ ਟਿਕੀ ਲੱਗਦੀ ਹੈ। ਕੋਈ ਕਹਿੰਦਾ ਸੁਲਤਾਨਪੁਰੀ ਜਿੱਤੂ, ਕੋਈ ਕਹਿੰਦਾ ਪਤੋਵਾਲ ਜਿੱਤੂ, ਆਖਰੀ ਇੱਕ ਨੰਬਰ ਦਾ ਫਰਕ ਹੈ, ਮੇਰ ਰੇਡ ਦੀ ਹੈ। ਇੱਧਰੋਂ ਸੁਲਤਾਨਪੁਰੀਆ ਬਾਜ ਪੈ ਗਿਆ ਟੁੱਟ ਕੇ। ਆਹ ਦੇਖੋ ਜਵਾਨੀ ਦਾ ਕਹਿੰਦੇ ਚੋਰ ਲੱਗਿਆ ਪਿਆ, ਹੁਣ ਦੇਖਦੇ ਹਾਂ ਕਿਹੜਾ ਜਿੱਤਦਾ ਕਿਹੜਾ ਹਾਰਦਾ। ਪਰ ਲੱਗਦਾ ਬਾਜ ਜਾਣ ਨਹੀਂ ਦਿੰਦਾ, ਪਤੋਵਾਲ ਦੀ ਇੱਜ਼ਤ ਮੇਰ ਦੇ ਆਉਂਦਾ। ਹੁਣ ਜਵਾਨੀ ਕਹਿੰਦੇ ਮੇਹਰ। ਆਹ ਸਾਲੇ ਅੱਜ ਆਪਣਾ ਅੱਡਾ ਕੌਣ ਮੱਲੀ ਬੈਠੇ? ਕੋਈ ਨਹੀਂ, ਹਾਰ ਦਿੰਦੇ ਹਾਂ। ਹਾਂ ਬਈ, ਹਾਰ ਦਾ ਜਸ਼ਨ ਮਨਾਉਂਦੇ ਹੋ? ਉਹ ਬਾਲੀ ਦਿਲ ਤੇ ਨਹੀਂ ਲਾਈਦੀ ਤੈਨੂੰ? ਜ਼ਿਆਦਾ ਹੀ ਜਿੱਤ ਦਾ ਬੁਖਾਰ ਚੜਿਆ ਬੂਰਿਆ ਜਿਹਾ, ਹਿੰਮਤ ਆ ਤਾਂ ਪਾ ਲਓ ਮੈਚ ਸੁੱਕੀ ਪੀਣ ਦਾ। ਆ ਚੱਕ ਬੋਤਲ। ਤਾਂ ਜੇ ਇਹ ਗੱਲ ਹੈ ਤਾਂ ਇੱਕੋ ਸਾਹੇ ਪੀਣੀ ਆ, ਜਿੱਤਣ ਵਾਲੇ ਨੂੰ ਪੇਟੀ, ਨਾਲੇ ਮਿੱਤਰ ਇੱਕ ਲੱਤ ਖੜ ਕੇ ਪੀਣੀ ਆ। ਚੱਲ 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 ਖਿੱਚ 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 ਚੱਲ ਚੱਲ ਚੱਲ। ਉਹ ਬੰਦੇ ਦਾ ਸੈਲਫ ਕੰਟਰੋਲ ਹੋਣਾ ਚਾਹੀਦਾ, ਪਰ ਨਸ਼ਾ ਉਹ ਤੇ ਕਦੇ ਭਾਰੀ ਨਹੀਂ ਪੈ ਸਕਦਾ। ਓਏ ਦੇਵ ਚੱਕ ਬੇਟੀ, ਉਹ ਖੜ ਜਾਓ ਵੀ, ਆਹ ਵੀ ਚੱਕਣ ਦੋ। ਓ ਦੇਵ, ਬਾਲ ਡਰਮੀ ਚ ਖਾਣ ਦਾ ਟਾਈਮ ਵੀ ਹੋਈ ਜਾਂਦਾ। ਚਲੋ ਇੱਧਰ ਰਾਜਾ, ਇੱਧਰ। ਸਤਿ ਸ੍ਰੀ ਅਕਾਲ ਜੀ। ਮੈਨੂੰ ਤੇ ਲੱਗਦਾ ਮੈਨੂੰ ਬੁਖਾਰ ਹੋਵੇਗਾ, ਕੁਝ ਵੀ ਤੇ ਖਾਣ ਨੂੰ ਚਿੱਤ ਨਹੀਂ ਜੇ ਕਰਦਾ। ਮੈਂ ਕਿਆ ਵਰਜਾਈ, ਆ ਪਲੇਟ ਤਾਂ ਛੱਡ ਦੋ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਨਾ ਇਹਦੇ ਚ ਕੀ ਹੈ ਜੀ? ਇਹਦੇ ਚ ਕਾਫੀ ਵਾਲਾ ਦੁੱਧ ਹੈ ਜੀ। ਹੈ ਆਪਣੀ ਡੈਰੀ ਆ ਜੀ ਪਿੰਡ। ਮਜ਼ਾਕ ਕਰਦੇ ਪਏ ਜੇ, ਮਜ਼ਾਕ ਕਰਦੇ ਪਏ ਜੇ। ਦਿਖਾ ਦੇ ਡਰਮੀ ਦਾ ਜਲਬਾਜ, ਕਰਦੇ ਸਭ ਨੂੰ ਸਦਾਈ। ਮੇਹਰ ਓਏ, ਉਹ ਲੈਟਰ ਵਾਲੀ ਭਾਬੀ ਓਏ, ਉਹ ਜਾਣ ਦੇ, ਇੰਨੀ ਨੀ ਪੀਤੀ ਮੈਂ। ਓਏ ਉਹ ਦੇਖ ਸਾਹਮਣੇ ਆਉਂਦੀ ਆ। ਸੱਚੀ ਮੈਂ ਫਰੈਸ਼ ਜੂਸ ਆ ਰਹੇ ਆ। ਆਪਣੀ ਪਿੰਡ ਅਸੀਂ ਨਹੀਂ, ਤੁਸੀਂ ਦੁੱਧ ਫੜਾਉਣ ਆਏ ਸੀ। ਚਲੋ ਚਲੋ, ਸ਼ਾਬਾਸ਼, ਦੁੱਧ ਫੜਾਓ। ਨੌਨਸੈਂਸ ਪੀਪਲ, ਤੁਸੀਂ ਇੱਥੇ ਕਿੱਦਾਂ? ਮੇਰੀ ਤੇ ਫਰੈਂਡ ਦੀ ਰਿਸੈਪਸ਼ਨ ਹੈ ਨਾ,
ਉਹ ਅੱਛਾ ਇਹਦਾ ਮਤਲਬ ਇਹ ਤਾਂ ਫਿਰ ਘਰ ਦਾ ਫੰਕਸ਼ਨ ਹੋ ਗਿਆ ਜੀ। ਉਹ ਡੀਜੇ ਬੰਦ ਕਰੋ। ਪਾਪਾ ਜੀ ਡੀਜੇ ਬੰਦ ਕਰਾ ਛੱਡਿਆ ਜੀ ਰਾਜਾ ਬੇਟੇ ਦਾ। ਉਈ ਉਹ ਜਨਾਬ ਡੀਜੇ ਵੀ ਬੰਦ ਹੋ ਜੂ, ਪਹਿਲਾਂ ਤੁਸੀਂ ਕੈਮ ਸ਼ੈਮ ਹੋ ਜਾਓ। ਮੌਸਮ ਸ਼ਬਾਬ ਦਾ ਨਖਰਾ ਜਨਾਬ ਦਾ, ਮੌਸਮ ਸ਼ਬਾਬ ਦਾ ਨਖਰਾ ਜਨਾਬ ਦਾ, ਅੱਡੀ ਉੱਤੇ ਅੱਡੀ ਅੱਜ ਵੱਜੀ ਜਾਣ ਦੇ। ਮੇਹਰ ਕਿਹੜੀਆਂ ਸੋਚਾਂ ਚ ਪਿਆ? ਨਹੀਂ ਕੁਛ ਨਹੀਂ। ਕੁਛ ਤਾਂ ਹੈ,
ਤੂੰ ਆਹੀ ਸੋਚ ਰਿਹਾ ਨਾ ਕਿ ਮੈਂ ਕੌਣ ਹਾਂ, ਕਿੱਥੋਂ ਆਈ ਹਾਂ ਅਤੇ ਕਿੱਥੇ ਜਾਣਾ। ਮੈਂ ਬਹੁਤ ਛੋਟੀ ਜੀ ਸੀ ਜਦੋਂ ਮੇਰੇ ਪਾਪਾ ਕਾਰਗਿਲ ਦੀ ਲੜਾਈ 'ਚ ਸ਼ਹੀਦ ਹੋ ਗਏ। ਮੈਨੂੰ ਤਾਂ ਕੁਛ ਯਾਦ ਵੀ ਨਹੀਂ, ਇਹ ਸਭ ਮੰਮਾ ਤੋਂ ਸੁਣਿਆ। ਮੇਰੇ ਮੰਮਾ ਸਕੂਲ ਟੀਚਰ ਨੇ ਅਤੇ ਉਹਨਾਂ ਦੀ ਜ਼ਿੰਦਗੀ ਦਾ ਇੱਕੋ ਇੱਕ ਮਕਸਦ ਹੈ ਕਿ ਮੈਂ ਪੜ੍ਹ ਲਿਖ ਕੇ ਕੁਛ ਬਣਾ। ਮੈਂ ਕਦੇ ਕਦੇ ਉਹਨਾਂ ਨੂੰ ਪਾਪਾ ਦੇ ਮੈਡਲਸ ਦੇਖ ਕੇ ਰੋਂਦੇ ਵੇਖਦੀ ਹਾਂ। ਹੁਣ ਮੇਰਾ ਇੱਕੋ ਹੀ ਸੁਪਨਾ ਹੈ ਕਿ ਮੈਂ ਟੀਚਰ ਬਣਾ ਅਤੇ ਪੰਜਾਬ 'ਚ ਰਹਿ ਕੇ ਆਪਣੇ ਲੋਕਾਂ ਦੀ ਸੇਵਾ ਕਰਾਂ। ਬਾਹਰ ਜਾਣ ਦਾ ਮੈਨੂੰ ਕੋਈ ਸ਼ੌਂਕ ਨਹੀਂ। ਹੁਣ ਮੈਂ ਆਪਣੇ ਬਾਰੇ ਕੁਛ ਦੱਸਾਂ? ਨਹੀਂ, ਮੈਨੂੰ ਸਭ ਪਤਾ ਹੈ। ਫਿਰ ਵੀ ਬਾਦਸ਼ਾਹ ਠੀਕ ਹੈ? ਬਾਜ ਕੀ ਗੱਲ ਹੈ? ਮੈਂ ਕੀ ਕਹਿੰਦਾ, ਅੱਜ ਤੇਰਾ ਬਾਜ ਦੋ ਵਾਰੀ ਹਾਰ ਗਿਆ ਬਾਪੂ। ਬਸ ਚੰਦ ਸਿਉਂ ਦਾ ਪੁੱਤਰ ਹੋਵੇ ਤੇ ਇੰਨਾ ਕਮਜ਼ੋਰ ਹੋਵੇ, ਛੋਟੀਆਂ ਮੋਟੀਆਂ ਹਾਰਾਂ ਤਾਂ ਜ਼ਿੰਦਗੀ 'ਚ ਚੱਲਦੀਆਂ ਰਹਿੰਦੀਆਂ। ਜਦ ਤੱਕ ਬੰਦਾ ਹਾਰਦਾ ਨਹੀਂ ਤਦ ਤੱਕ ਜਿੱਤਣ ਦਾ ਸਵਾਦ ਨਹੀਂ ਆਉਂਦਾ ਪੁੱਤਰਾ। ਉਹ ਤੋਂ ਛੱਡ ਪਰੇ, ਮੈਂ ਤੇਰੇ ਦੂਜੇ ਸ਼ੈਲਰ ਦੀ ਫਾਈਲ ਪਾਸ ਕਰਾ ਲਿਆ। ਇੱਕ ਖੁਸ਼ਖਬਰੀ ਹੋਰ ਹੈ, ਆਉਣ ਵਾਲੀ ਇਲੈਕਸ਼ਨਾਂ 'ਚ ਆਪਣੀ ਟਿਕਟ ਪੱਕੀ ਹੋ ਗਈ ਹੈ। ਉਹ ਤਾਂ ਠੀਕ ਆ ਬਾਪੂ, ਪਰ ਉਹ ਬੱਦੋ ਵਾਲੀਆ ਮੇਰੀਆਂ ਅੱਖਾਂ 'ਚ ਰੜਕਦਾ ਸਾਲਾ। ਬੱਦੋ ਵਾਲੀਆ? ਕਿਹੜਾ ਬੱਦੋ ਵਾਲੀਆ? ਕੋਈ ਜਨਾਨੀ ਆ ਜਿੰਦ ਕੌਰ, ਉਹਦਾ ਮੁੰਡਾ ਬੱਦੋ ਵਾਲੋਂ। ਕੀ ਕਿਹਾ ਹੈ? ਦੁਬਾਰਾ ਕਹਿ। ਕੋਈ ਜਿੰਦ ਕੌਰ ਨਾਂ ਦੀ ਜਨਾਨੀ ਆ ਬੱਦੋਵਾਲ ਦੀ, ਉਹਦਾ ਮੁੰਡਾ। ਜਿੰਦ ਕੌਰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚੰਦੂ, ਕੀ ਹਾਲ ਹੈ ਤੇਰਾ? ਠੀਕ ਠਾਕ ਹੈ? ਹਾਂ ਠੀਕ ਹਾਂ, ਤੂੰ ਸੁਣਾ। ਬਸ ਮੈਂ ਉਹ ਹਿਸਾਬ ਜਿਹਾ ਬਾਕੀ ਸੀ ਸਰਦਾਰ ਹੋਣਾ ਦਾ। ਕਾਹਦਾ ਹਿਸਾਬ ਚੰਦੂ? ਇਸ ਉਮਰੇ ਐਵੇਂ ਨੀ ਮੁੰਡੇ ਜੰਮਦੇ। ਇਸ ਵੇਲੇ ਜਾ ਸਵੇਰੇ ਆਈ। ਸਵੇਰੇ ਤਾਂ ਸਾਰਾ ਪਿੰਡ ਜਾਗ ਜੂਗਾ।
ਕੀ ਕਿਤਾਬ ਲਈ ਤਾਂ ਆ ਬੜਾ ਚੰਗਾ ਹੈ। ਚੰਦੂ ਜਿੰਦਾ ਸਰਦਾਰ ਕਿਸ਼ਨ ਸਿੰਘ ਦੀ ਆਵ ਆ ਤੇ ਦੋ ਕੌਡੀ ਦੇ ਮਨੀਮ ਨੂੰ ਆਪਣੀ ਔਕਾਤ ਪਤਾ ਹੋਣੀ ਚਾਹੀਦੀ ਆ। ਕੀ ਹੋਇਆ ਬਾਪੂ? ਨਹੀਂ ਕੁਛ ਨਹੀਂ ਹੋਇਆ, ਕੁਛ ਨਹੀਂ ਹੋਇਆ ਪੁੱਤਰਾ। ਗੋਲੀ ਦਾ ਮਾਰਿਆ ਬੰਦਾ ਮਰਦਾ ਹੈ, ਸਿਆਸਤ ਦਾ ਮਾਰਿਆ ਤੜਫਦਾ ਹੈ, ਤੇ ਜਦ ਤੱਕ ਸ਼ਿਕਾਰ ਤੜਫੇ ਨਾ ਸ਼ਿਕਾਰੀ ਨੂੰ ਸਵਾਦ ਨਹੀਂ ਆਉਂਦਾ, ਸਵਾਦ ਨਹੀਂ ਆਉਂਦਾ ਪੁੱਤਰਾ। ਤੂੰ ਫਿਕਰ ਨਾ ਕਰ, ਤੇਰੇ ਸ਼ਿਕਾਰ ਨੂੰ ਤੜਫਾ ਤੜਫਾ ਕੇ ਮਾਰੂੰਗਾ, ਤੜਫਾ ਤੜਫਾ ਕੇ ਮਾਰੂੰਗਾ। ਜਿੰਦ ਕੌਰ ਹਾਂ ਵੀ ਰੇਸ਼ਮ, ਪਾਰਟੀ ਕਦੋਂ ਕਰਨੀ ਆ ਫਿਰ? ਕਾਹਦੀ ਪਾਰਟੀ? ਉਹ ਭੁੱਲ ਗਈ, ਤੁਹਾਡਾ ਟਾਂਕਾ ਨਹੀਂ ਫਿੱਟ ਕਰਾਇਆ। ਅੱਛਾ, ਲਾਗੀ ਲਾਗ ਭਾਲਦਾ। ਉਹ ਹਲੇ ਵਿਆਹ ਚ ਦੇਖੀ ਲੜੀ ਜਿਪਸੀ ਲੈਣੀ ਆ ਮੈਂ ਬਚੋਲਗੀ ਦੀ। ਸਾਲੀ ਮੁੰਦੀ ਦੀ ਔਕਾਤ ਨੀ, ਜਿਪਸੀ ਲੈਣੀ ਇਹਨੇ। ਉਹ ਬਾਈ ਕੁੜੀ ਤਾਂ ਤੈਨੂੰ ਰੇਂਜ ਰੋਵਰ ਵਰਗੀ ਲੱਭ ਕੇ ਦਿੱਤੀ ਆ ਮੈਂ, ਤੂੰ ਐਵੇਂ ਜਿਪਸੀ ਦੇਣ ਡਰੀ ਜਾਂਦਾ ਯਾਰ। ਗੱਲ ਤਾਂ ਸਹੀ ਆ। ਹਾਂ ਅੱਛਾ ਅੱਛਾ, ਠੀਕ ਹੈ ਠੀਕ ਹੈ, ਆਪਾਂ ਪਾਰਟੀ ਦੇਣ ਨੂੰ ਤਿਆਰ ਹੈ, ਦੱਸੋ ਹੋਰ ਕੀ ਮੰਗਾਵਾਂ। ਓਏ ਤੁਸੀਂ ਮੇਰੇ ਵੱਲ ਹੋ ਗਏ ਇਹਨਾਂ ਵੱਲੋਂ? ਉਹ ਬਾਈ ਅਨੰਦਪੁਰ ਆ ਕੇ ਕਰਾਂਗੇ ਪਾਰਟੀ, ਕਿਉਂ ਚੱਲੇਗਾ ਤੂੰ ਦੱਸ? ਤੁਸੀਂ ਜਾਇਓ ਫਿਰ, ਹੁਣ ਗਾਂ ਨੂੰ ਇਕੱਠੇ ਹੀ ਚੱਲਾਂਗੇ। ਬਾਈ ਤੁਸੀਂ ਪਾਓ ਫਿਰ ਪਿਆਰ ਦੀਆਂ ਪਿੰਗਾਂ ਬਹਿ ਕੇ, ਅਸੀਂ ਤਾਂ ਚੱਲੇ। ਚਲੋ ਯਾਰ ਚੱਲੀਏ, ਆ ਕੇ ਮਿਲਦੇ ਹਾਂ। ਇੱਕ ਕੌਲ ਹੀ
ਰੋਕ 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 ਕਾਗਜ਼ ਦਿਖਾ। ਹਲੋ ਉਹ ਮੈਨੂੰ ਨਹੀਂ ਉੱਧਰ ਦਿਖਾ ਸਾਹਿਬ ਨੂੰ। ਉੱਧਰ ਦਿਖਾ ਦਿੰਦੇ ਜਨਾਬ। ਲਓ ਸਰ। ਪੋਲਿਊਸ਼ਨ ਲੰਘ ਗਿਆ ਹੋਵੇ ਤੇਰਾ ਅਤੇ ਇੰਸ਼ੋਰੈਂਸ ਵੀ ਖਤਮ ਹੈ। ਉਹ ਸਰ ਧਿਆਨ ਨਹੀਂ ਰਿਹਾ ਜੀ। ਧਿਆਨ ਤਾਂ ਤੇਰਾ ਉੱਧਰ ਹੈ। ਸਰ ਦੋਸਤ ਹੈ ਜੀ ਮੇਰੀ। ਦੋਸਤ ਉਹ ਜਾਂ ਉਹ ਦੋਸਤ ਨੂੰ ਮੋਟਰ ਦਿਖਾ ਕੇ ਲਿਆਇਆ ਫਿਰ। ਉਹ ਛੱਡ ਭਾਈ, ਉਹ ਨਾ ਹੋਏ, ਉਹ ਛੱਡ 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 ਇਹਨੂੰ, ਹਟ ਜਾ, ਉਹ ਛੱਡ ਮੈਂ ਕਹਿੰਦਾ, ਜਿਹੜੀ ਛੱਡਦਾ ਇਹਨੂੰ ਮੈਂ, ਸਾਲਿਆ, ਉਹ ਮੈਂ ਕਹਿੰਦਾ ਚੱਲ ਮੈਂ ਕਰਦਾ ਗੱਲ, ਸਮਝਾ ਕੇ ਰੱਖਿਆ ਕਰ ਤੂੰ ਇਹਨੂੰ, ਜ਼ਿਆਦਾ ਹੀ ਖੂਨ ਤੱਤਾ ਇਹਦਾ। ਉਹ ਬੱਦੋ ਵਾਲੀਆ ਮਿਹਰ ਕਹਿੰਦੇ ਮੈਨੂੰ, ਜਿਹਨੂੰ ਮਰਜ਼ੀ ਪੁੱਛ ਲਈ। ਚੱਲ ਯਾਰ ਸਾਲ, ਜੇ ਦੋ ਮਿੰਟ ਹੋਰ ਨਾ ਆਉਂਦੇ ਬਾਈ, ਸਾਲੇ ਨੇ ਮੇਰਾ ਤਾਂ ਕਰਤਾ ਸੀ ਘੋਗਾ ਚ। ਬਾਲਾ ਭਾਰੀ ਹੱਥ ਹੈ ਮੇਰੇ ਸਾਲੇ ਦਾ। ਓਏ ਤੇਰਾ ਘੋਗਾ ਵੀ ਕਰ ਦਿੰਦੇ ਆ ਹੌਲਾ। ਉੱਚੀ ਮਿਆਣੀ ਟੁੰਡਾ ਪੁੱਟੋ, ਉੱਚੀ ਪੁਲੀ ਦਾ ਨਾਕਾ, ਬਰਾਮ ਦੀ ਬਰਾਮ ਦੀ ਬਰਾਮ ਦੀ। ਚਲੋ ਏ ਚਲੋ ਏ ਰੁੜ ਕਿਉਂ ਹੈ ਜੀ, ਤੇਜ਼ਾ ਸਮੇਂ ਕੀ ਆ।
ਕਈ ਵਾਰੀਆਂ ਹੋ ਗਈਆਂ ਪੇਮੈਂਟ ਨੂੰ ਟਰਕਾਈ ਜਾਂਦਾ, ਉੱਤੋਂ ਲੋਕਾਂ ਕੋਲ ਹੋਰੂ ਹੋਰੂ ਗੱਲਾਂ ਕਰਦਾ ਜੀ। ਆਖੇ ਭਲਵਾਨ ਮੇਰਾ ਕੀ ਪਟਲੂ? ਭਲਵਾਨ ਤੋਂ ਖੌਫ ਨਹੀਂ ਆਉਂਦਾ। ਆਏ ਡਰਨਾ, ਧੰਦੇ ਨਹੀਂ ਚੱਲਦੇ ਭਲਵਾਨਾ। ਆ ਜਾਣਗੇ ਪੈਸੇ ਤੇਰੇ, ਭੱਜਣ ਨਹੀਂ ਲੱਗਿਆ ਕਿਤੇ ਮੈਂ। ਤੂੰ ਕੇਰ ਸਿੰਘ ਦਾ ਮੁੰਡਾ? ਤੈਨੂੰ ਦੇਖ ਕੇ ਲੱਗਦਾ ਨਹੀਂ ਤੂੰ ਸਰਦਾਰ ਕਰਤਾਰ ਸਿੰਘ ਦਾ ਪੁੱਤ ਹੈ। ਨਸ਼ਿਆਂ ਦੇ ਦਲ ਦਲ 'ਚ ਫਸ ਕੇ ਜਦੋਂ ਮਾਵਾਂ ਵਰਗੀਆਂ ਜ਼ਮੀਨਾਂ ਵਿਕਦੀਆਂ ਨੇ ਤਾਂ ਕਿਤੇ ਢੋਈ ਨਹੀਂ ਮਿਲਦੀ। ਮੁੜਾ ਪੁੱਤਰ, ਮੁੜਾ। ਹੁਣ ਮੁੜਨਾ ਮੁਸ਼ਕਿਲ ਅੰਮਾ, ਜ਼ਮੀਨ ਤਾਂ ਸੰਸਾਰਪੁਰੀ ਲੈ ਗਿਆ, ਹੁਣ ਤਾਂ ਬਸ ਸਾਹ ਦੀਆਂ ਤੰਦਾਂ ਨੇ। ਉਹ ਬੱਲੇ, ਤੁਸੀਂ ਤੇ ਤੁਸੀਂ ਇੱਥੇ ਇਕੱਲੇ ਇਕੱਲੇ, ਲੱਗਦਾ ਇਸ਼ਕ ਹੋ ਗਿਆ। ਉਹ ਨਹੀਂ ਬਾਈ, ਆਹ ਦੀਪੇ ਹੋਰੀ ਅਨੰਦਪੁਰ ਸਾਹਿਬ ਗਏ ਨੇ ਅਹੋਲੇ ਮਹੱਲੇ ਤੇ ਲੰਗਰ ਲਾਉਣ। ਤੇ ਸਾਡੀ ਭਰਜਾਈ ਕਿੱਥੇ ਆ? ਉਹ ਦਿੱਲੀ ਗਏ ਨੇ ਨੈਟ ਦਾ ਐਗਜ਼ਾਮ ਦੇਣ। ਤੇ ਤੂੰ ਇੱਥੇ ਮੱਖੀਆਂ ਮਾਰਦਾ, ਚਲਾ ਤੈਨੂੰ ਐਸ਼ ਕਰਾਈਏ ਅੱਜ। ਉਹ ਨਹੀਂ ਭਰਾ, ਮੈਂ ਤਾਂ ਪ੍ਰੈਕਟਿਸ ਲਾਉਣੀ ਆ। ਉਹ ਛੋਟੇ ਭਾਈ, ਯਾਰੀਆਂ ਵੀ ਲਾਉਣਾ ਤੇ ਗੱਲ ਵੀ ਨਹੀਂ ਮੰਨਦਾ, ਚੱਲ। ਉਹ ਨਹੀਂ ਭਰਾ ਨਹੀਂ, ਤੂੰ ਉੱਠ। ਫੇਰ ਸਹੀ, ਮੈਂ ਕਿਹਾ ਉੱਠ। ਆ ਤੂੰ ਉੱਠ ਨਾ, ਕਮ ਆਨ। ਓ ਲੱਲੀ ਛੱਲੀ, ਆ ਚੱਕੋ ਬਾਈ ਦਾ ਸਮਾਨ। ਓ ਕਿਵੇਂ ਲੱਗਿਆ ਫਿਰ ਸਾਡਾ ਲੀਲਾ ਭਵਨ? ਬਹੁਤ ਸੋਹਣਾ ਹੈ ਬਾਈ। ਕਦੇ ਕਦੇ ਜ਼ਿੰਦਗੀ ਦੇ ਨਜ਼ਾਰੇ ਵੀ ਲੁੱਟਣੇ ਚਾਹੀਦੇ ਆ। ਆਪਾਂ ਤਾਂ ਫਾਰਮ 'ਤੇ ਆ ਜਾਈਦਾ ਇੱਕ ਅੱਧੀ ਫੁੱਲ ਝੜੀ ਲੈ ਕੇ ਅਤੇ ਮਿੱਤਰਾਂ ਚੰਗਿਆੜੀਆਂ ਜਿਹੀਆਂ ਕੱਢ ਕੇ ਮੁੜ ਜਾਈਦਾ। ਉਹ ਤਾਂ ਚੰਗਾ ਲੱਗਣ ਦੀ ਗੱਲ ਹੈ ਬਾਈ, ਆਪਾਂ ਨੂੰ ਤਾਂ ਪਿੰਡ ਦੀ ਮਿੱਟੀ ਹੋਈ ਮਾਂ ਵਰਗੀ ਹੈ। ਤੇਰੇ ਵਾਲਾ ਵੀ ਸਰਿਆ ਹੀ ਪਿਆ। ਆ ਗਏ ਬਾਈ, ਉਹ ਪਾ ਦੋ ਕੁ ਮੋਟੇ ਜੇ। ਦਾਰੂ ਨਹੀਂ ਬਾਈ, ਅੱਜ ਲੰਮਾ ਝੂਟਾ ਲੈਂਦੇ ਹਾਂ। ਥੋੜੀ ਮਰਜ਼ੀ ਆ। ਲੈ ਬਾਈ ਕਰ ਸ਼ੁਰੂ। ਇਹ ਕੀ ਹੈ ਵੀਰ? ਬਸ ਦਾਰੂ ਹੀ ਸਮਝ ਲਾ, ਉਹਦੀ ਸੂਈ 60 ਤੇ ਇਹਦੀ 90 ਤੇ।
ਕਰ ਟਰਾਈ। ਉਹ ਨਾ ਭਰਾ, ਆਪਾਂ ਨੂੰ ਤਾਂ ਦਾਰੂ ਹੀ ਠੀਕ ਹੈ, ਆਪਾਂ ਨਹੀਂ ਲਿਆ ਕਦੇ ਇਹੋ ਜਿਹਾ ਪੰਗਾ। ਤੂੰ ਲੈ ਕੇ ਤਾਂ ਦੇਖ। ਉਹ ਨਹੀਂ, ਯਾਰੀ ਵੀ ਲਾਈ ਆ ਤੇ ਗੱਲ ਵੀ ਨਹੀਂ ਮੰਨਦਾ। ਉਹ ਨਾ ਭਰਾ, ਮੰਨਿਆ ਕਰੋ। ਜੇ ਦੀਪਾ ਕਹਿੰਦਾ ਫੇਰ ਨਾ ਲਾਉਂਦਾ। ਹਾਂ ਨਹੀਂ, ਗੱਲ ਉਹ ਨਹੀਂ ਹੈ ਬਸ। ਓਏ ਤੂੰ ਹੀ ਤਾਂ ਕਹਿਣਾ ਹੁੰਦਾ ਤੇਰਾ ਸੈਲਫ ਕੰਟਰੋਲ ਹੀ ਬਹੁਤ ਆ। ਨਹੀਂ ਚੱਕ ਖਿੱਚ, ਸ਼ਾਬਾਸ਼। ਮੇਰਾ ਪੁੱਤ ਜਵਾਨ ਹੋ ਗਿਆ। ਕੀ ਹਾਲ ਚਾਲ ਹੈ, ਕੀ ਹੋਇਆ ਬਾਪੂ? ਇਹ ਮੇਰਾ ਦੋਸਤ ਮੇਹਰ, ਬਦੋਵਾਲ ਤੋਂ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਮੇਹਰ, ਬਦੋਵਾਲ ਤੋਂ ਹੈ ਜੀ। ਬੜਾ ਸੋਹਣਾ ਨਾਂ ਰੱਖਿਆ ਤੇਰਾ ਤੇਰੀ ਮਾਂ ਨੇ। ਮੈਂ ਸੁਣਿਆ ਤੂੰ ਕਬੱਡੀ ਦਾ ਬਹੁਤ ਵਧੀਆ ਪਲੇਅਰ ਹੈ। ਸ਼ਾਬਾਸ਼, ਜਿਉਂਦਾ ਮਸਤਾ ਰਹਿ। ਪਹਿਲੀ ਵਾਰ ਆਇਆ, ਲੈ। ਨਹੀਂ, ਜਿਹੋ ਜਿਹਾ ਬਾ ਜਿਹੋ ਜਿਹਾ ਤੂੰ, ਨਾਲੇ ਪੁੱਤਰਾ ਮੇਰੇ ਘਰੇ ਦੋਸਤ ਆਵੇ ਜਾਂ ਦੁਸ਼ਮਣ, ਮੈਂ ਸ਼ਗਨ ਤੋਂ ਬਗੈਰ ਨਹੀਂ ਤੁਰਦਾ। ਜਾ, ਰੱਬ ਤੇਰੀ ਲੰਬੀ ਉਮਰ ਕਰੇ, ਜਾ। ਬਾਪੂ ਅਸੀਂ ਚੰਡੀਗੜ੍ਹ ਚੱਲੇ ਹਾਂ, ਆ ਓਏ ਮੇਹਰ। ਜਾ, ਜਿਉਂਦਾ ਰਹਿ। ਵਾਹ ਜਿੰਦਕਾਰੇ, ਮੈਂ ਤੈਨੂੰ ਜ਼ਿੰਦਗੀ ਚ ਕਦੇ ਨਹੀਂ ਭੁੱਲਿਆ, ਨਹੀਂ ਭੁੱਲਿਆ। ਤੇਰੇ ਥੱਪੜ ਦੀ ਗੂੰਜ ਅੱਜ ਤੱਕ ਮੇਰੇ ਕੰਨਾਂ ਦੇ ਵਿੱਚ ਗੂੰਜਦੀ ਹੈ। ਮੇਰੇ ਕੰਨ ਰੋਜ਼ ਹਰ ਪਲ ਹਰ ਘੜੀ ਸੁਣਦੇ ਨੇ। ਯਾਦ ਰੱਖੀ, ਤੇਰੇ ਪੁੱਤਰ ਤੋਂ ਲੈ ਕੇ ਤੇਰੇ ਖਾਨਦਾਨ ਦੀ ਇੱਕ ਇੱਕ ਇੱਟ ਤੱਕ, ਤੇਰੀ ਜਗੀਰ ਦੇ ਇੱਕ ਇੱਕ ਟੁਕੜੇ ਨੂੰ ਮੈਂ ਧਰਤੀ ਦੇ ਵਿੱਚ ਕੱਢ ਦੇਵਾਂਗਾ। ਤੇਰੀ ਨਸਲ ਬਰਬਾਦ ਕਰ ਦੇਵਾਂਗਾ ਜਿੰਦਕਰ। ਚੰਡੀਗੜ੍ਹ ਡੇਰੇ ਲਾ ਲੈ ਯਾਰਾਂ ਦਾ ਟੋਲਾ ਅਥਰਾ, ਉਲਟੇ ਜੇ
ਕੁੜੀਆਂ ਵੀ ਆ ਕੁਛ ਕੁੜੀ ਤਾਂ ਸਾਊ ਸੀ ਇਹ ਮਰਨੇ ਕਿੱਦੇ ਦੇ ਕਰ ਆ ਸਾਰਾ ਪਿੰਡ ਹੀ ਗਾਲਿਆ ਪਿਆ ਚਿੱਟੇ ਨਾਲ ਆਲਾ ਬਾਈ ਗਿਣ ਲੈ ਉਹ ਅਜੇ ਤੇਰਾ ਪਿਛਲਾ ਹਿਸਾਬ ਵੀ ਰਹਿੰਦਾ ਉਹ ਖੜਾ ਫੜ ਲਓ ਉਹਨੂੰ ਹਾਏ ਵੇ ਕਿੰਦਿਆ ਤੇਰਾ ਕੱਖ ਨਾ ਰਹੇ ਵੇ ਤੂੰ ਮੇਰੀ ਸੋਨੇ ਵਰਗੀ ਧੀ ਨੂੰ ਖਾ ਗਿਆ ਵੇ ਬਿਨਾਂ ਕਰਕ ਕਰਕੇ ਧਰਤਾ ਪੰਜਾਬ ਦਾ ਇੰਨਾ ਮਾੜੀਆਂ ਸਰਕਾਰਾਂ ਨੇ ਸਾਰੇ ਪਿੰਡ ਦੀ ਬਰਬਾਦੀ ਇਹੋ ਕੰਮ ਰਹਿ ਗਿਆ ਸੀ ਤੇਰੇ ਲਈ ਕੀ ਕਰਾਂ ਅੰਮਾ ਕੰਮ ਤਾਂ ਕੋਈ ਮਿਲਦਾ ਨਹੀਂ ਰੋਟੀ ਕਿੱਥੋਂ ਖਾਵਾਂ ਉਹ ਮੈਨੂੰ 20 ਪੁੜੀਆਂ ਵੇਚਣ ਬਦਲੇ ਇੱਕ ਪੁੜੀ ਦੇ ਪੈਸੇ ਦਿੰਦੇ ਨੇ ਕੌਣ ਨੇ ਉਹ ਜੇ ਚੰਦ ਭਲਵਾਨ ਦੇ ਬੰਦੇ ਦੇ ਕੇ ਜਾਂਦੇ ਆ ਪਹਿਲੀਆਂ 'ਚ ਵੱਡੇ ਸਰਦਾਰ ਦਾ ਮੁਨੀਮ ਸੀ ਅੰਮਾ ਚਿੱਟੇ ਦਾ ਕਾਰੋਬਾਰ ਕਰਕੇ ਪੂਰੇ ਏਰੀਏ 'ਚ ਦਹਿਸ਼ਤ ਹੈ ਮੈਂ ਜਾਣਦੀ ਆ ਉਹਨੂੰ ਇਹਨੂੰ ਕਰੀਏ ਜੀ ਪੁਲਿਸ ਦੇ ਹਵਾਲੇ ਪੁਲਿਸ ਤਾਂ ਆਪ ਵਿੱਕੀ ਹੋਈ ਹੈ ਸਰਪੰਚ ਸਾਹਿਬ ਛੱਡ ਦਿਓ ਇਹਨੂੰ ਫੇਰ ਕੱਟਤਾ ਇੰਨੇ ਦਿਨ ਹੋ ਗਏ ਮੇਰਾ ਤਾਂ ਮਰਨ ਹੋਇਆ ਪਿਆ ਇੰਨਾ ਸਿਆਣਾ ਹੋਣ ਦੇ ਬਾਵਜੂਦ ਗੱਲ ਸਾਲੀ ਪੱਲੇ ਜੀ ਨਹੀਂ ਪੈਂਦੀ ਤੁਹਾਨੂੰ ਪਤਾ ਜਦੋਂ ਅਸੀਂ ਲਾਸਟ ਟਾਈਮ ਮਿਲੇ ਸੀ ਉਦੋਂ ਉਹਨੂੰ ਬਾਜ਼ ਨੇ ਬਚਾਇਆ ਸੀ ਮੇਰੇ ਤਾਂ ਕੁਝ ਸਮਝ ਨਹੀਂ ਆ ਰਿਹਾ ਕਿ ਇਹ ਹੋ ਕੀ ਰਿਹਾ ਇੱਕ ਗੱਲ ਤਾਂ ਕਲੀਅਰ ਆ ਕੋਈ ਚੱਕਰ ਜ਼ਰੂਰ ਆ ਰਾਹਾਂ ਦੇ ਵਿੱਚ ਸਾਹਾਂ ਦੇ ਵਿੱਚ ਹਰ ਥਾਂ ਵਿਛ ਗਏ ਕੰਡੇ ਓ ਰਿਸ਼ਤੇ ਅਤੇ ਫਰਿਸ਼ਤੇ ਵੇ ਸਾਈਆਂ ਰੂਹਾਂ ਬਣ ਗਏ ਕੰਡੇ ਓ ਕੰਡੇ ਚੁਗ ਚੁਗ ਕੰਡਾ ਹੋਈ ਕੰਡੇ ਚੁਗ ਚੁਗ ਕੰਡਾ ਹੋਈ ਖਤਮ ਨਾ ਹੋਏ ਕੰਡੇ 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 ਜ਼ਿੰਦਗੀ ਦੇ ਕੰਡੇ ਕੰਡੇ ਵੇ ਕੰਡੇ ਕੰਡੇ ਵੇ ਸਾਈਆਂ ਕੰਡੇ ਕੰਡੇ ਕੁੜੇ ਰੋਟੀ ਮੈਨੂੰ ਭੁੱਖ ਨਹੀਂ ਖਾ ਲਾ ਕੁੜੇ ਆਉਣ ਨਾਲ ਕਾਹਦਾ ਵੈਰ ਜਿਹਦੇ ਕਰਕੇ ਭੁੱਖ ਲੱਗਦੀ ਸੀ ਉਹ ਤਾਂ ਮਾਂ ਨਾਲ ਬੇਭੁੱਖ ਹੋਇਆ ਫਿਰਦਾ ਚੱਕ ਲੈ ਚੰਗਾ ਭਾਈ ਅੰਮਾ ਤਿੱਪੇ ਮਿਹਰ ਨਹੀਂ ਆਇਆ ਅੰਮਾ ਇਹ ਰੇਸ਼ਮ ਆ ਮਿਹਰ ਨਾ ਪੜਦੀ ਆ ਸਸਿਕ ਪਰ ਮਿਹਰ ਕਿੱਥੇ ਆ ਅੰਮਾ ਇੱਕ ਮੁੰਡਾ ਕਬੱਡੀ ਵਾਲਾ ਬਾਜਵੀਰਾ ਉਹਦੇ ਨਾਲ ਰਹਿੰਦਾ ਅੱਜ ਕੱਲ੍ਹ ਅੰਮਾ ਨਸ਼ਿਆਂ ਦੇ ਵਪਾਰੀ ਨੇ ਹਾਂ ਅੰਮਾ ਇਹੀ ਸੁਣਨ 'ਚ ਆਇਆ ਸਾਡੇ
ਮੇਹਰ, ਉਹ ਮੇਹਰ, ਹਾਂ ਕਿੱਦਾਂ? ਮੈਨੂੰ ਸਮਾਨ ਦੇ ਦੇ, ਮੈਂ ਤਾਂ ਹੁਣ ਹੋਰ ਨਹੀਂ ਰਹਿ ਹੁੰਦਾ, ਮੈਂ ਮਰ ਜਾਣਾ। ਮੈਂ ਤੈਨੂੰ ਕਿੰਨੀ ਵਾਰ ਕਿਹਾ, ਸਪਲਾਈ ਰੁਕੀ ਹੋਈ ਆ, ਸਮਾਨ ਮਹਿੰਗਾ, ਉੱਤੋਂ ਬਾਪੂ ਪੈਸੇ ਨਹੀਂ ਦਿੰਦਾ। ਪੈਸੇ? ਓਏ ਆ ਕੀ ਜੇਬਾਂ ਜੀਆਂ ਫਰੋਲੀ ਜਾਂਦਾ, ਚਾਰ ਮੁਰੱਬਿਆਂ ਦਾ ਮਾਲਕ ਆ ਤੂੰ, ਤੈਨੂੰ ਪੈਸਿਆਂ ਦਾ ਘਾਟਾ? ਦੇਖ ਅੱਜ ਦਾ ਤਾਂ ਮੈਂ ਸਾਰ ਦੂੰ, ਪਰ ਹੁਣ ਜੁਗਾੜ ਕਰਨਾ ਪੈਣਾ ਮੋਟੀ ਰਕਮ ਦਾ। ਮਾਂ, ਮਾਂ ਮੈਨੂੰ ਪੈਸੇ ਚਾਹੀਦੇ। ਕਿੰਨੇ ਚਾਹੀਦੇ ਨੇ ਪੁੱਤ? 10 ਲੱਖ। ਬੜੀ ਖੁਸ਼ੀ ਦੀ ਗੱਲ ਹੈ ਪੁੱਤ, ਇਹੋ ਜਿਹਾ ਕਿਹੜਾ ਕਾਰੋਬਾਰ ਕਰਨ ਲੱਗਿਆ ਜਿਹਦੇ ਲਈ ਤੈਨੂੰ 10 ਲੱਖ ਚਾਹੀਦੇ ਨੇ? ਮੈਂ ਉਹ, ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਮੇਹਰ, ਅਜੇ ਕੋਈ ਕਸਰ ਬਾਕੀ ਹੈ? ਮੇਰੇ ਕੋਲ ਤੇਰੇ ਲਈ ਕੁਝ ਨਹੀਂ ਹੈ। ਕੁਝ ਨਹੀਂ ਹੈ? ਇਹ ਜ਼ਮੀਨ, ਇਹ ਜਾਇਦਾਦ ਕਿੱਥੇ ਲੈ ਕੇ ਜਾਣੀ ਹੈ ਤੂੰ? ਇਹ ਸਭ ਕੁਝ ਮੇਰਾ ਹੈ, ਮੇਰਾ। ਇਹ ਸਰਦਾਰ ਕਿਸ਼ਨ ਸਿੰਘ ਦੀ ਜਾਇਦਾਦ ਹੈ, ਜਦ ਤੱਕ ਮੈਂ ਜਿਉਂਦੀ ਹਾਂ ਮੈਂ ਇਸ ਨੂੰ ਜੜਨ ਨਹੀਂ ਦਿਆਂਗੀ, ਸੁਣ ਲਿਆ ਤੂੰ? ਤਾਂ ਇਹ ਕੱਲ ਤੂੰ ਵੀ ਸੁਣ ਲੈ, ਹੁਣ ਇਹ ਸਭ ਕੁਝ ਬਰਬਾਦ ਹੋ ਕੇ ਰਹੂਗਾ। ਓਏ ਮਿੱਠੂ,
ਤੈਨੂੰ ਤਾਂ ਮੈਂ ਇਸ ਕੈਦ ਚੋਂ ਆਜ਼ਾਦ ਕਰਤਾ, ਪਰ ਮੈਨੂੰ ਇਸ ਕੈਦ ਚੋਂ ਅੰਮੀ ਲੀੜੇ ਧੋਤੇ ਸਾਰੇ, ਡੰਗਰਾਂ ਦਾ ਗਤਾਵਾ ਵੀ ਕਰਤਾ। ਹੁਣ ਮੈਂ ਚੱਲੀ ਆ ਰਾਜੀ ਕੇ, ਉਹਦਾ ਵਿਆਹ ਪਰਸੋਂ। ਨੀ ਕੀ ਵਿਆਹ ਵਿਆਹ ਲਾਈ ਆ, ਜਾ ਉਦਲ ਜਿੱਧਰ ਉਦਲਣਾ, ਭਾਂਡਿਆਂ ਦਾ ਢੇਰ ਲੱਗਿਆ ਪਿਆ, ਤੈਨੂੰ ਵਿਆਹ ਦੀ ਪਈ ਆ। ਦੇ ਮੇਰੀ ਧੀ ਦੀ ਚੁੰਨੀ, ਚੱਕ ਆਪਦਾ ਖੱਫਣ, ਨਿਕਲ ਇੱਥੋਂ, ਜਾ ਦਫਾ ਹੋ ਵਿਹਲੜ ਕਿਸੇ ਥਾਂ ਦੀ। ਓ ਮੈਂ ਕਿਆ ਕਰਿਆ? ਕਿਵੇਂ ਆ ਚੰਦੂ? ਆਏ ਹਾਏ, ਨੀ ਮੈਂ ਮਰ ਜਾ ਗੁੜ ਖਾ ਕੇ ਨੀ। ਸਤਿ ਸ੍ਰੀ ਅਕਾਲ, ਮੈਂ ਤਾਂ ਪੂਰਾ ਦਾ ਪੂਰਾ ਆ ਗਿਆ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਤੇਰਾ ਕਿਵੇਂ ਜੀ ਕਰਿਆ ਜਿੱਧਰ ਆਉਣ? ਉਹ ਮਾੜਾ ਮੋਟਾ ਸਰਦਾਰਾਂ ਦਾ ਹਿਸਾਬ ਬਾਕੀ ਸੀ, ਮੈਂ ਕਿਹਾ ਆਪਾਂ ਕਰ ਲੈਂਦੇ। ਨਾ ਕੀ ਹੋ ਗਿਆ? ਕੀ ਦੱਸਾਂ ਚੰਦੂ, ਵਾਈ ਵਾਲਾ ਤਾਂ ਮਰ ਗਿਆ, ਮੇਰੇ ਪੱਲੇ ਪਾ ਗਿਆ 2.5 ਕਿੱਲੇ, ਜਿੰਨਾ ਚ ਢਿੱਡ ਵੀ ਪੂਰਾ ਨਹੀਂ ਹੁੰਦਾ। ਉੱਤੋਂ ਆ ਕਾਲੇ ਮੂੰਹ ਵਾਲੀ ਕੋਠੇ ਜਿੱਡੀ ਹੋ ਗਈ ਆ। ਓਏ, ਉਹ ਕੋਠੇ ਜਿੱਡੀ ਹੋ ਗਈ ਉਹ ਤਾਂ ਠੀਕ ਹੈ, ਪਰ ਇਹ ਬੋਰੀਆਂ ਬਈਆਂ ਨੀ ਨਾ ਚੁੱਪ ਬਹਿੰਦੀਆਂ, ਇਹਨੇ ਤਾਂ ਹਿਸਾਬ ਮੰਗਣਾ ਹੀ ਮੰਗਣਾ, ਸਰਦਾਰ ਦਾ ਹਿਸਾਬ ਤਾਂ ਦੇਣਾ ਹੀ ਪੈਣਾ ਨਾ। ਫਿਰ ਆਪਾਂ ਕਰੀਏ ਕੀ, ਮੈਂ ਤਾਂ ਸੋਚਦੀ ਆ 1/2 ਕਿੱਲਾ ਬੈ ਕਰ ਦਈਏ, ਨਾਲੇ ਉਹ ਕਾਲੇ ਮੂੰਹ ਵਾਲੀ ਦਾ ਸਿਆਪਾ ਕਰ ਦਈਏ, ਨਾਲੇ ਦਾਸ ਜੀ ਦੇ ਪੈਸੇ ਮੋੜ ਦਈਏ। 1/2 ਕਿੱਲਾ ਬੈ ਕਰਨ ਨਾਲ 60,000 ਦੀ ਰਕਮ ਖਤਮ ਨਹੀਂ ਹੋਣੀ, ਤੈਨੂੰ ਮੈਂ ਦੱਸਾਂ। ਫਿਰ ਕੀ ਕਰੀਏ? ਹਾਂ, ਮੈਂ ਤੈਨੂੰ ਸਕੀਮ ਦੱਸਦਾ। 1 ਪੰਥ 3 ਕਾਜ, ਸੁਣ ਮੇਰੀ ਗੱਲ। ਇਹਦਾ ਵਿਆਹ ਕਰ ਦਿੰਦੇ ਬੁੱਢੇ ਨਾਲ, ਤੇਰਾ ਕਰਜ਼ਾ ਵੀ ਉਤਰ ਜੂਗਾ, ਨਾਲ 4 ਪੈਸੇ ਵੀ ਵੱਟ ਲੇਂਗੀ। ਕੀ ਕਹਾਵਤਾਂ ਜੀਆਂ ਪਾਈ ਜਾਂਦਾ, ਸਿੱਧਾ ਸਿੱਧਾ ਦੱਸ ਕੀ ਕਹਿਣਾ ਚਾਹੁੰਦਾ। ਓਏ, ਕਹਾਵਤਾਂ ਨਹੀਂ ਪਾਉਂਦਾ, ਸਿੱਧਾ ਸਿੱਧਾ ਕਹਿੰਦਾ। ਕੰਨ ਉਰੇ ਕਰ, ਇਹਨੂੰ ਬੁੱਢੇ ਨਾਲ ਵਿਆਹ ਦਿੰਦੇ ਆ, ਉਹਨੂੰ ਲਾ ਦੂੰਗਾ ਭੀਮ ਤੇ, ਉਹਨੇ ਗੱਡੀ ਚੜ ਜਾਣਾ, ਤੇ ਇਹ ਵੀ ਆਪਣੀ ਤੇ ਜਾਇਦਾਦ ਵੀ ਆਪਣੀ, ਅੱਧੀ ਤੇਰੀ ਤੇ ਅੱਧੀ ਮੇਰੀ। ਨਾ ਕੀ ਕਹਿੰਦੀ ਹੈ? ਠੀਕ ਹੈ ਚੰਦੂ, ਤੂੰ ਛੇਤੀ ਜਾ ਤੇ ਛੇਤੀ ਆਈ। ਮੈਂ ਛੇਤੀ ਗਿਆ ਤੇ ਛੇਤੀ ਆਇਆ, ਹਾਏ ਹੋਏ ਹੁਣ ਪਊ ਕਿੱਦਾਂ। ਓ ਮੈਂ ਕਿਹਾ ਬਲਵੰਤ ਕੌਰ ਹੈ ਘਰੇ ਹੀ ਹੈ। ਦਾਰ ਜੀ, ਸਤਿ ਸ੍ਰੀ ਅਕਾਲ ਜੀ। ਚੰਗਾ ਹੋਇਆ ਚਦਵਾ ਤੂੰ ਆ ਗਿਆ, ਹਾਂ ਬੈਠ। ਹਾਂਜੀ, ਇਹ ਕੀ ਗੱਲ ਹੈ, ਬੜੇ ਉਦਾਸ ਬੈਠੇ ਹੋ ਹੈ ਚਦਵਾ? ਉਮਰਾਂ ਦੇ ਫਾਸਲੇ ਵਕਤ ਨਹੀਂ ਮਿਟਾ ਸਕਦਾ। ਉਹ ਲੈ, ਕਿਹੜੀਆਂ ਗੱਲਾਂ ਤੁਸੀਂ ਕਰੀ ਜਾਂਦੇ ਹੋ, ਕਮਾਲ ਹੋ ਗਈ ਹੈ। ਉਹ ਬੰਦਾ ਤੇ ਘੋੜਾ ਵੀ ਕਦੇ ਬੁੱਢੇ ਹੋਏ ਆ, ਖੁਰਾਕਾਂ ਮਿਲਣੀਆਂ ਚਾਹੀਦੀਆਂ, ਤੇ ਮੈਂ ਤੁਹਾਡੇ ਵਾਸਤੇ ਜੜੀ ਬੂਟੀ ਲਿਆਇਆ ਪਹਾੜਾਂ ਤੋਂ, ਅਸਲੀ ਖੁਰਾਕ। ਇਹਨੂੰ ਖਾਓ ਤੇ ਸ਼ਗਨਾਂ ਵਾਲੀ ਰਾਤ ਅੰਦਰ ਜਾ ਕੇ ਮਨਾਓ। ਪਰ ਚੰਦਵਾ, ਇਹ ਹੈ ਕੀ ਹੈ? ਓਏ, ਮੈਂ ਕਿਹਾ ਤੁਸੀਂ ਖਾ ਕੇ ਵੇਖੋ, ਇਹ ਜੜੀ ਬੂਟੀ ਹੈ ਜਿਹੜੀ 80 ਸਾਲ ਦੇ ਬੰਦੇ ਨੂੰ 16 ਸਾਲ ਦਾ ਬਣਾ ਦਿੰਦੀ ਹੈ। ਇਹ ਇਹਨੂੰ ਮਾਵਾ ਕਹਿੰਦੇ ਹੈ, ਨਾਗਣੀ। ਉਹ ਮੈਂ ਤੁਹਾਡਾ ਪੁੱਤਰ ਹਾਂ, ਤੁਸੀਂ ਕਮਾਲ ਕਰਦੇ ਹੋ, ਖਾਓ ਇਹਨੂੰ। ਇਹ ਆ ਭਰ ਲਓ, ਰੁਕ ਜਾ, ਇਹ ਆ ਸ਼ਾਬਾਸ਼ੇ, ਸ਼ਾਬਾਸ਼ੇ, ਖਾਓ, ਚੱਕ ਦਿਓ, ਚੱਕ ਦਿਓ ਫੱਟੇ। ਘੋੜੀ ਲੱਗਦੀ ਹੈ? ਕੋਈ ਗੱਲ ਨਹੀਂ, ਅੰਦਰ ਜਾ ਕੇ ਮਿੱਠੀ ਹੋ ਜਾਏਗੀ, ਹੈ ਤੁਸੀਂ ਫਿਕਰ ਨਾ ਕਰੋ, ਮਾਲ ਨਹੀਂ ਮੈਂ ਮੁੱਕਣ ਦਿੰਦਾ। ਆਹੋ, ਇਹ ਹੁਣ ਉੱਠੋ, ਜਰਾ ਚੱਕ ਦਿਓ ਫੱਟੇ, ਚਲੋ ਸ਼ਾਬਾਸ਼। ਆਹ, ਆਪਣੀ ਜਿੱਦਾਂ ਸਵਾਲ ਹੈ ਦਰਜੀ, ਦੇਖਿਓ ਕਿਤੇ ਜਾਓ, ਚਲੋ ਆ ਜਾਓ, ਆ ਜਾਓ, ਆ ਜਾਓ, ਆ ਸ਼ਾਬਾਸ਼, ਜਾਓ ਜਾਓ ਜਾਓ।
ਉਹ ਜਾਓ ਵੀ ਹੁਣ ਜਾਓ ਜਾਓ। ਬੱਗੀ ਤੇ ਤੇਰੀ ਕਮਾ ਤੋਂ ਨਿਕਲੀ ਨੀ ਉੱਡਦੀ ਨੂੰ ਬਾਜ ਪੈ ਗਿਆ। ਅੱਜ ਤੱਕ ਕੇ ਨਜ਼ਰਾਂ ਝੁਕਾ ਕੇ ਜ਼ਿੰਦਗੀ ਜਿਉਈਆਂ ਸਰਦਾਰ ਜੀ। ਜਿੰਦਾ ਹੁਣ ਤੋਂ ਇਹ ਨਜ਼ਰਾਂ ਤੇ ਸਿਰ ਹਮੇਸ਼ਾ ਉੱਚਾ ਰਹੇਗਾ, ਇਹ ਵਾਅਦਾ ਹੈ ਮੇਰਾ। ਤੁਹਾਡੇ ਇਸ ਰੁਤਬੇ ਨੂੰ ਹਰੱਤੀ ਭਰ ਵੀ ਖੋਰਾ ਨਹੀਂ ਲੱਗਣ ਦਿੰਦੀ, ਇਹ ਵਾਅਦਾ ਹੈ ਜਿੰਦਾਂ ਦਾ ਸਰਦਾਰ ਜੀ। ਮਾਂ ਨਾਲ ਲੜਕੇ ਆਇਆ ਬਾਪੂ, ਬੋਲ ਨਹੀਂ ਨਿਕਲਦਾ, ਬਾਕੀ ਤੂੰ ਆਪੇ ਸਾਂਭ ਲਾ। ਮਹਿਰ ਸਿੰਘ ਸਪੁੱਤਰ ਜਿੰਦਕਾਰ, ਆਏ ਜੇ ਨਾਨੀਆਂ ਦਾ ਬਾਲਾ ਗੁੱਸਾ ਨਹੀਂ ਕਰੀਦਾ। ਉਹ ਲੋਕ ਤਾਂ ਅੱਜ ਕੱਲ ਆਪਣੇ ਮਾਂ ਪਿਓ ਨੂੰ ਅਨਾਥ ਆਸ਼ਰਮ ਵਿੱਚ ਛੱਡ ਆਉਂਦੇ ਨੇ, ਤੇ ਮਹਿਰ ਸਿੰਘ ਜਿੰਦ ਕੌਰ ਦੀ ਜਾਇਦਾਦ ਦਾ ਕੱਲਾ ਕੱਲਾ ਵਾਰਿਸ। ਬੁੱਢੀ ਨੂੰ ਧੱਕੇ ਮਾਰ ਕੇ ਘਰੋਂ ਕੱਢ ਦੇ, ਘਰੋਂ ਕੱਢ ਦੇ, ਹਾਂ ਘਰੋਂ ਕੱਢ ਦੇ। ਬਾਜ ਆਪਣੇ ਯਾਰਾਂ ਨਾਲ ਇਹੋ ਜਿਹਾ ਸਲੂਕ ਨਹੀਂ ਕਰੀਦਾ। ਜਿੰਦ ਕੌਰ ਜਨਾਨੀ ਜਿਹਨੂੰ ਇੱਕ ਡੰਗ ਦੀ ਰੋਟੀ ਨਸੀਬ ਨਹੀਂ ਸੀ ਹੁੰਦੀ, ਮਤਰੇਈ ਮਾਂ ਦੀਆਂ ਗਾਲਾਂ ਤੇ ਕੁੱਟਾਂ ਰੋਜ਼ ਖਾਂਦੀ ਸੀ, ਮੰਗਤਿਆਂ ਦੀ ਜੂਨ ਸੀ ਤੇਰੀ, ਗਰੀਬੀ ਚ ਮਰਦੀ ਗਰੀਬੀ ਚ ਜਿਉਂਦੀ, ਤੇ ਤਨ ਤੇ ਫਟੇ ਕੱਪੜੇ ਹੁੰਦੇ ਸੀ ਤੇਰੇ, ਯਾਦ ਹੈ ਤੈਨੂੰ? ਫਰਸ਼ਾਂ ਤੋਂ ਅਰਸ਼ਾਂ ਤੱਕ ਇਸ ਚੰਦੂ ਨੇ ਪਹੁੰਚਾਇਆ, ਤੈਨੂੰ ਸਰਦਾਰਨੀ ਜਿੰਦ ਕੌਰ ਇਸ ਚੰਦੂ ਨੇ ਬਣਾਇਆ, ਜਾਇਦਾਦ ਪੈਸਾ ਰੁਤਬਾ ਇਸ ਚੰਦੂ ਕਰਕੇ ਤੈਨੂੰ ਨਸੀਬ ਹੋਇਆ। ਅੱਜ ਤੋਂ 24 ਸਾਲ ਪਹਿਲਾਂ ਸਰਦਾਰ ਦੀ ਹਵੇਲੀ ਚੋਂ ਜ਼ਲੀਲ ਕਰਕੇ ਕੱਢਿਆ ਸੀ, ਅੱਜ ਦੇਖ ਉਸ ਚੰਦੂ ਦਾ ਕੱਦ, ਉਸ ਰੱਬ ਤੋਂ ਵੀ ਉੱਚਾ, ਅਸਮਾਨ ਤੋਂ ਵੀ ਉੱਚਾ, ਜਿਸ ਪੁੱਤਰ ਨੂੰ ਤੂੰ ਆਪਣੀ ਕੁੱਖ 'ਚ ਰੱਖ ਕੇ ਪਾਲਿਆ, ਅੱਜ ਉਹੀ ਠੋਕਰ ਮਾਰ ਕੇ ਚਲਾ ਗਿਆ। ਯਾਦ ਹੈ ਮੈਂ ਤੈਨੂੰ ਕਿਹਾ ਸੀ ਉਹ ਹਾਲ ਕਰਕੇ ਛੱਡੂਗਾ ਕਿ ਦੁਨੀਆ ਥੱਕਿਆ ਕਰੂਗੀ ਤੇਰੇ ਤੇ, ਡਕੇ ਦੀ ਰਨ ਹਟ ਜਿੰਦਕਾਰ।
ਦਲੇਰ ਸਿਆ ਕੀ ਗੱਲ ਮੁੰਡੇ ਗਰਾਊਂਡ ਕੰਨੀ ਮੂੰਹ ਹੀ ਨਹੀਂ ਕਰਦੇ। ਰੋਜ਼ ਕੈਨੀ ਦੁੱਧ ਦੀ ਲਿਆਉਣਾ ਤੇ ਬਹਿ ਕੇ ਮੁੜ ਜਾਂਦਾ। ਦਸਾਂ ਸਾਲਾਂ ਚ ਪਹਿਲੀ ਵਾਰ ਦੇਖ ਰਿਹਾ ਤੇਰੀ ਚਾਦਰ ਦਾ ਰੰਗ ਵੀ ਬਦਲ ਗਿਆ ਦਲੇਰ ਸਿਆਂ। ਹਕੂਮਤਾਂ ਦੀ ਮਿਲੀ ਭੁਗਤ, ਸਾਰੇ ਮੁਲਕ ਚ ਨਸ਼ੇ ਦੀ ਕਾਲੀ ਬੋਲੀ ਨੇਰੀ ਚੱਲਦੀ ਆ ਦਲੇਰ ਸਿਆਂ। ਵਾਹਿਗੁਰੂ ਭਲੀ ਕਰੂ, ਕੱਲ ਦੀ ਪੰਚਾਇਤ ਅੰਮਾ ਜੀ ਦੇ ਘਰ ਹੋ। ਆਜੀ ਤੁਸੀਂ ਸਾਰੇ ਇੱਥੇ? ਤੁਸੀਂ ਕਿਹੜਾ ਨਹੀਂ ਜਾਣਦੇ ਅੰਮਾ, ਜਦੋਂ ਪਿੰਡ ਤੇ ਕੋਈ ਭੀੜ ਪਵੇ ਤਾਂ ਸਭ ਦਾ ਸਹਾਰਾ ਬਣੇ ਅੰਮਾ। ਜਦੋਂ ਅੰਮਾ ਤੇ ਘਰ ਟੁੱਟੇ ਤਾਂ ਉਹ ਕੱਲੀ ਤੇਰੇ। ਇਹ ਤਾਂ ਧੋਖਾ ਹੈ ਅੰਮਾ, ਧੋਖਾ ਹੈ। ਲੱਗਦਾ ਤੁਸੀਂ ਸਾਨੂੰ ਗੈਰ ਸਮਝ ਲਿਆ ਅੰਮਾ। ਨਾ ਮੈਂ ਚੰਗੀ ਧੀ ਬਣ ਸਕੀ ਤੇ ਨਾ ਹੀ ਮਾਂ। ਅੰਮਾ ਅੰਮਾ, ਹੀਰੇ ਤੇ ਕੋਈ ਭਾਵੇਂ ਜਿੰਨੀ ਮਰਜ਼ੀ ਸਵਾਹ ਮਿਲਦੇ ਉਹ ਹੀਰਾ ਹੀ ਰਹਿੰਦਾ। ਸਾਡਾ ਮੇਹਰ ਹੀਰਾ। ਲੱਗਦਾ ਸਭ ਕੁਛ ਖਤਮ ਹੋ ਗਿਆ। ਕੁਛ ਖਤਮ ਨਹੀਂ ਹੋਇਆ ਸੱਚੀ, ਕੁਛ ਖਤਮ ਨਹੀਂ ਹੋਇਆ ਅੰਮਾ। ਅੱਜ ਤੋਂ ਤਕਰੀਬਨ 10 ਵਰੇ ਪਹਿਲਾਂ ਮੈਂ ਆਪਣਾ ਪਿੰਡ ਛੱਡ ਕੇ ਇੱਥੇ ਆ ਗਿਆ ਸੀਗਾ। ਪਤਾ ਕਿਉਂ? ਇੱਕੋ ਇੱਕ ਪੁੱਤ ਸੀ ਮੇਰਾ, ਜੋਰਾ, ਜਿਹਨੂੰ ਨਸ਼ਿਆਂ ਨੇ ਖਾ ਲਿਆ। ਉਹਦੇ ਵਿਯੋਗ 'ਚ ਮੇਰੀ ਮੇਰੀ ਬਾਗੂ ਤੁਰ ਗਈ। ਕੀ ਮੇਰੇ ਲਈ ਸਭ ਕੁਛ ਖਤਮ ਹੋ ਗਿਆ ਸੀ? ਨਹੀਂ, ਬਸ ਐਵੇਂ ਇਹਨਾਂ ਮੁੰਡਿਆਂ ਨਾਲ ਆੜੀਆਂ ਪਾ ਕੇ ਇਹਨਾਂ ਨੂੰ ਨਸ਼ਿਆਂ ਤੋਂ ਰੋਕਣਾ ਹੀ ਮੈਂ ਆਪਣੇ ਜੀਵਨ ਦਾ ਮਕਸਦ ਬਣਾਇਆ। ਯਾਰ ਮਾਫ ਕਰ ਦੇ, ਉਹ ਬੁੱਧ ਬੁੱਧ ਨਹੀਂ ਤਾਇਆ, ਉਹ ਮੇਰੇ ਬੱਚਿਆ। ਮੈਨੂੰ ਤਾਂ ਤੁਹਾਡੇ ਚ ਆਪਣਾ ਜੋਰਾ ਨਜ਼ਰ ਆਉਂਦਾ। ਉਹ ਕਿੱਥੇ ਤੁਰ ਗਿਆ ਮੇਰੇ ਪੁੱਤ? ਮੈਂ ਤਾਂ ਬਿਲਕੁਲ ਇਕੱਲਾ ਸੀ, ਪੈਰ ਨਹੀਂ ਟੁੱਟਿਆ। ਤੇਰੇ ਨਾਲ ਤਾਂ ਆ ਸਾਰਾ ਪਿੰਡ ਖੜਾ ਹੈ।
ਸਾਰਾ ਬੰਦੋਵਾਲ ਖੜਾ ਹੈ, ਸੰਸਾਰ ਬੁਰੀ ਹੈ, ਸਭ ਦਾ ਸਿਰ ਵਿੰਦਣ ਨੂੰ। ਤੂੰ ਵਾਕਈ ਦਲੇਰ ਬੰਦਾ ਹੈ ਦਲੇਰ ਸਿਆ। ਮੇਹਰ ਸਾਰੇ ਪਿੰਡ ਦਾ ਜਾਇਆ ਅੰਮਾ, ਤੇ ਉਹਦੀ ਖਾਤਰ ਖੂਨ ਦੇ ਖਾਲ ਵਗਾ ਦਾਂਗੇ। ਪਹਿਲਾਂ ਆਪਾਂ ਮੇਹਰ ਨੂੰ ਉੱਥੋਂ ਕੱਢੀਏ। ਹਾਂ ਅੰਮਾ, ਹਾਂ। ਬਾਪੂ, ਮੰਨ ਗਿਆ ਤੇਰੇ ਸਿਆਸਤੀ ਸ਼ਿਕਾਰ ਨੂੰ, ਹੁਣ ਤਾਂ ਪਾਣੀ ਪੀਣੋਂ ਵੀ ਆ ਰਹੀ ਆ। ਮੈਨੂੰ ਤਾਂ ਲੱਗਦਾ ਕਿਤੇ ਮਾਰੀ ਨਾ ਜਾਵੇ। ਰਾਜ ਪੱਤਰ ਆਏ, ਮੈਂ ਤਾਂ ਮਰਿਆਂ ਦੇ ਵੀ ਅੰਗੂਠੇ ਲਵਾਏ ਆ। ਮਰਦਾ ਤਾਂ ਮਰ ਜਾਣ ਦੇ, ਚਾੜ ਦੇ ਗੱਡੀ ਸਾਲੇ ਨੂੰ ਜਿੰਦਾ ਜਿੰਦਾ ਜਿੰਦਕਾਰ। ਕਿਉਂ ਬਦੋਵਾਲੀਆ ਮੇਹਰ ਕਬੱਡੀ ਪਲੇਅਰ ਸੌ। ਚਲੋ ਓਏ ਲੱਲੀ ਛੱਲੀ, ਤੁਹਾਨੂੰ ਦਿਖਾਈਏ ਠੁੰਮ ਕੇ। ਬਾਈ, ਇਹਨੂੰ ਇਕੱਲਾ ਛੱਡ ਕੇ? ਇਕੱਲੇ ਨੂੰ ਇਹ ਕੌਡੀ ਪਾਉਣ ਚੱਲਿਆ। ਸ਼ਹਿਰ ਨੂੰ ਦਿਹਾਣਾ ਹੱਥ
ਕੇ ਸ਼ਿਕਾਰ ਸਾਡਾ ਫੇਰ ਬਣੇ ਖਾਣਾ ਨੀ ਮੈਂ ਮਾਲਵੇ ਦਾ ਜੱਟ ਮੇਰਾ ਸ਼ਹਿਰ ਨੂੰ ਧੀਆਣਾ ਹੱਥੀ ਕਰਕੇ ਸ਼ਿਕਾਰ ਸਾਡਾ ਫੇਰ ਬਣੇ ਖਾਣਾ ਨੀ ਮੈਂ ਫਰ ਕਦ ਨਾਲੀ ਨੀ ਤੂੰ ਫਰ ਕਦ ਚਾਲੀ ਐਵੇਂ ਘਬਰੀ ਨਾ ਸਾਡੀ ਸਰਕਾਰ ਹਟੋ ਵੀ ਹਟੋ ਪਿੱਛੇ ਹਟੋ ਕੀ ਗੱਲ ਬੜਾ ਇਕੱਠ ਕੀਤਾ ਚਮਕੀਲਾ ਲੱਗਣਾ ਇੱਥੇ ਰਾਹ ਛੱਡ ਓਏ ਅੰਦਰ ਜਾਣਾ ਹਵੇਲੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਥਾਣੇਦਾਰ ਸਾਹਿਬ ਓਏ ਸਰਪੰਚਾ ਸਮੇਂ ਦੀ ਹਕੂਮਤ ਨਾਲ ਪੰਗਾ ਮਹਿੰਗਾ ਪਊ ਹਕੂਮਤਾਂ ਦੇ ਮਹਿਲ ਜਨਤਾ ਦੇ ਭੁਚਾਲ ਅੱਗੇ ਢਹਿ ਢੇਰੀ ਹੋ ਜਾਂਦੇ ਆ ਥਾਣੇਦਾਰਾ ਇਹ ਤਾਂ ਟਾਈਮ ਆਉਣ ਤੇ ਪਤਾ ਲੱਗੂ ਕੌਣ ਢਹਿ ਢੇਰੀ ਹੁੰਦਾ ਦੱਸੋ ਥਾਣੇਦਾਰ ਸਾਹਿਬ ਸੂ ਮਿਲੀ ਹੈ ਸਾਨੂੰ ਤੁਸੀਂ ਅੰਦਰ ਕੋਈ ਬੰਦਾ ਡੱਕਿਆ ਹੋਇਆ ਉਹਦੀ ਤਫਤੀਸ਼ ਕਰਨ ਆਇਆ ਥਾਣੇਦਾਰ ਸਾਹਿਬ ਤਫਤੀਸ਼ ਲਈ ਕਾਗਜ਼ ਹੈ ਤੁਹਾਡੇ ਕੋਲ ਮੈਂ ਤੈਨੂੰ ਦੇਖ ਲਊ ਬੁੱਢੜੀਏ ਜੇ ਧਮਕੀ ਹੈ ਤਾਂ ਸੁਣ ਆਪ ਦੇ ਟੱਬਰ ਨੂੰ ਕਹਿ ਕੇ ਆਈ ਜੇ ਤੈਨੂੰ ਕੁਛ ਹੋ ਗਿਆ ਤਾਂ ਉਹਨਾਂ ਲਈ ਮੇਰੇ ਘਰ ਦੇ ਦਰਵਾਜ਼ੇ ਸਦਾ ਖੁੱਲ੍ਹੇ ਨੇ ਚਲੋ
ਓ ਹੈਲੋ, ਪੈਸੇ ਤੈਨੂੰ ਛੱਲੀਆਂ ਕੁੱਟਣ ਦੇ ਦਿੰਦਾ ਭੈਣ ਦਿਆ, ਮੈਨੂੰ ਬੰਦਾ ਚਾਹੀਦਾ ਬੰਦਾ, ਸਮਝ ਗਿਆ? ਚੀਕਾ ਮਾਰਨ ਨਾਲ ਸ਼ੇਰ ਸ਼ਿਕਾਰ ਨਹੀਂ ਕਰਦਾ, ਭਾਲਾ ਕੇ ਕਰਦਾ। ਇਹ ਗੱਲ ਮੈਂ ਤੈਨੂੰ ਬੜੀ ਵਾਰ ਸਮਝਾਈ, ਤੇਰੇ ਸਮਝ ਨਹੀਂ ਆਉਂਦੀ? ਨਹੀਂ ਆਉਂਦੀ? ਮੇਰੀ ਨਿੱਕੀ ਜੀ ਗਲਤੀ ਨਾਲ ਸ਼ੇਰ ਦੇ ਜਵਾੜਿਆਂ ਚੋਂ ਸ਼ਿਕਾਰ ਕੱਢ ਕੇ ਲਗੇ ਮੇਰੇ ਸਾਲੇ। ਗਲਤੀ ਕਿੰਨੀ ਵਾਰੀ ਇਹ ਗੱਲ ਸਮਝਾਈਏ ਬਾਜ, ਕਿ ਸਿਆਸਤ ਨੰਗੀ ਤਾਰ ਤੇ ਨੱਚਣ ਵਾਂਗ ਹੁੰਦੀ ਹੈ। ਇੱਕ ਕੀਤੀ ਗਲਤੀ ਬੰਦੇ ਦੀ ਜ਼ਿੰਦਗੀ ਡੋਬ ਦਿੰਦੀ ਹੈ। ਮੈਨੂੰ ਤੇਰੇ ਸਿਰ ਦੀ ਸਹੁੰ ਬਾਪੂ, ਜੇ ਤੇਰੇ ਪੈਰਾਂ ਚ ਲਿਆ ਕੇ ਨਾ ਸਿੱਟਿਆ ਨਾ, ਤਾਂ ਮੈਂ ਵੀ ਤੇਰਾ ਬਾਜ ਨਹੀਂ। ਬਾਜ ਪੁੱਤਰ, ਜਲ ਦੇ ਪਾਂਬਣਾ ਚ ਹੱਥ ਨਹੀਂ ਪਾਈਦਾ, ਨਹੀਂ ਪਾਈਦਾ, ਹੱਥ ਜਲ ਜਾਂਦਾ। ਇਹ ਦੇਖ ਕਿਵੇਂ ਗਿਰਦਾ ਪੈਂਦਾ, ਇਹ ਦੇਖ। ਮੈਨੂੰ ਨਸ਼ੇ ਦੀ ਓਵਰ ਡੋਜ਼ ਲੈ ਲਈ ਸੀ ਇਹਨੇ, ਮੈਂ ਮੈਡੀਸਿਨ ਦੇ ਦਿੱਤੀ ਹੈ, ਜਲਦੀ ਰਿਕਵਰ ਕਰ ਜਾਏਗਾ, ਖਤਰੇ ਤੋਂ ਬਾਹਰ ਹੈ। ਡਾਕਟਰ ਸਾਹਿਬ, ਜਦ ਮੁੜ ਕੇ ਹੋਸ਼ 'ਚ ਆਇਆ ਫਿਰ ਮੰਗੇ ਤੇ? ਇਹ ਦਵਾਈ ਹੈ, ਇੱਕ ਇੱਕ ਗੋਲੀ ਸਵੇਰੇ ਦੁਪਹਿਰੇ ਸ਼ਾਮ ਦੇ ਜਾਇਓ। ਅਤੇ ਇੱਕ ਗੱਲ ਹੋਰ, ਇਹਨੂੰ ਤੁਹਾਡੀ ਮਮਤਾ ਦੀ ਲੋੜ ਹੈ, ਤੁਹਾਡੇ ਪਿਆਰ ਅਤੇ ਸਨੇਹ ਦੀ ਜ਼ਰੂਰਤ ਹੈ। ਆਈ ਐਮ ਸ਼ੋਰ ਕਿ ਜਲਦੀ ਰਿਕਵਰ ਕਰ ਜਾਏਗਾ। ਬਾਕੀ ਮੈਂ ਆਉਂਦੇ ਜਾਂਦੇ ਗੇੜਾ ਮਾਰਾਂਗਾ। ਮਾਂ, ਮੈਥੋਂ ਗਲਤੀ ਹੋ ਗਈ, ਮੈਂ ਤੇਰਾ ਮਾੜਾ ਪੁੱਤ ਨਿਕਲਿਆ। ਮਾਂ, ਤੂੰ ਇੱਦਾਂ ਕਿਉਂ ਕਹਿੰਦਾ ਪੁੱਤ? ਮੈਂ ਟੁੱਟ ਚੁੱਕਿਆ ਮਾਂ, ਮੈਂ ਤਾਂ ਤੇਰਾ ਮਾਣ ਹੀ ਤੋੜਤਾ। ਨਹੀਂ, ਤੂੰ ਮੇਰੀ ਫਿਕਰ ਨਾ ਕਰ ਪੁੱਤਰ, ਤੂੰ ਆਪਣੀ ਮਾਂ ਦੇ ਹੁੰਦਿਆ ਕਦੇ ਨਾ ਡੋਲੀ। ਗਲਤੀ ਹੋ ਗਈ ਮਾਂ, ਮੇਹਰ ਤੂੰ ਸਰਦਾਰ ਕਿਸ਼ਨ ਸਿੰਘ ਦੇ ਵੰਸ਼ ਦਾ ਵਾਰਿਸ ਹੈ। ਕਮਲਿਆ, ਆ ਕੀ ਸ਼ਕਲ ਬਣਾਈ ਹੈ, ਉੱਠ ਤਗੜਾ ਹੋ। ਮੈਨੂੰ ਤੇਰੇ ਤੋਂ ਬਹੁਤ ਲੰਮੀਆਂ ਆਸਾਂ ਨੇ, ਚਲ ਉੱਠ ਮੇਰਾ ਸ਼ੇਰ ਪੁੱਤਰ।
ਅੰਮਾ ਜੀ ਮੱਥਾ ਟੇਕਣ ਚੱਲੇ ਹੋ? ਪੁੱਤ ਘਰ ਆ ਗਿਆ ਨਾ, ਸਾਡਾ ਕੀ ਬਣੂ? ਅਸੀਂ ਵੀ ਜਾਣਾ ਚਾਹੁੰਦੇ ਹਾਂ। ਮਾਂ ਕੀ ਗੱਲ ਹੈ? ਇਸ ਮੁੰਡੇ ਤੇ ਤੇਰੇ ਵਰਗੇ ਕਈ ਮੁੰਡੇ ਕੁੜੀਆਂ ਤੇ ਕਿੰਨੇ ਪਰਿਵਾਰਾਂ ਨੂੰ ਉਸ ਰਾਕਸ਼ਸ ਨੇ ਬਰਬਾਦ ਕੀਤਾ ਨਸ਼ਿਆਂ ਤੇ ਲਾ ਕੇ। ਮਿਹਰ, ਇਹ ਚੰਦੂ ਹੀ ਸੀ ਜਿਹਨੇ ਤੇਰੇ ਬਾਪੂ ਜੀ ਨਾਲ ਮੇਰਾ ਵਿਆਹ ਕਰਵਾਇਆ। ਸਰਦਾਰ ਜੀ ਦੇ ਮਰਨ ਤੋਂ ਬਾਅਦ ਉਹਨੇ ਸਾਡੀ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਕੀਤੀ ਤੇ ਮੇਰੀ ਇੱਜ਼ਤ 'ਤੇ ਹੱਥ ਪਾਇਆ। ਜਦੋਂ ਜ਼ਲੀਲ ਕਰਕੇ ਹਵੇਲੀ ਤੋਂ ਬਾਹਰ ਕੱਢਿਆ ਤਾਂ ਮੈਂ ਸੋਚਿਆ ਇਹ ਮਨਹੂਸ ਪਰਛਾਵਾਂ ਸਦਾ ਲਈ ਸਾਡੇ ਕੋਲੋਂ ਦੂਰ ਹੋ ਗਿਆ। ਪਰ ਮੈਨੂੰ ਕੀ ਪਤਾ ਸੀ ਕਿ ਉਹ ਮਹਾਰਾਜ, ਸਰਕਾਰ ਤਾਂ ਤੁਹਾਡੀ ਮੁੱਠੀ 'ਚ, ਤੁਸੀਂ ਤਾਂ ਖੁਦ ਇੱਕ ਸਰਕਾਰ ਹੋ। ਜਿੱਥੇ ਚਾਹਵੋ ਜਿਵੇਂ ਚਾਹਵੋ ਉੱਥੇ ਸੋਨੇ ਦੀ ਲੰਕਾ ਖੜੀ ਕਰ ਸਕਦੇ ਹੋ। ਜਿੰਨੀ ਮੰਡੀਰ ਨੂੰ ਤੁਸੀਂ ਚਿੱਟੇ 'ਤੇ ਲਾਇਆ ਨਾ, ਉਹਨਾਂ ਨੇ ਖੇਤਾਂ ਵਿੱਚ ਕੀ ਆਉਣਾ? ਹੁਣ ਤਾਂ ਉਹਨਾਂ ਦੀਆਂ ਜ਼ਮੀਨਾਂ ਵੀ ਆਪਾਂ ਨਹੀਂ ਖਰੀਦਣੀਆਂ ਨੇ ਜਨਾਬ। ਵੈਸੇ ਵੀ ਇਹ ਜੱਟ ਕੌਮ ਬੜੀ ਬੇਵਕੂਫ਼ ਹੁੰਦੀ ਹੈ ਜਨਾਬ। ਸਾਲ ਛਮਾਹੀ ਵਿੱਚ ਕਨਾਲ ਖਰੀਦਦੇ ਆ ਤਾਂ ਖੇਤੋਂ ਨਹੀਂ ਨਿਕਲਦੇ, ਤੇ ਜਦੋਂ ਵੇਚਣ ਲੱਗਦੇ ਆ ਤਾਂ ਠੇਕੇ ਤੋਂ ਵਾਪਸ ਨਹੀਂ ਆਉਂਦੇ। ਹੁਣ ਤਾਂ ਆਪਣੇ ਚਿੱਟੇ ਨੇ ਨਾ ਇਹਨਾਂ ਨੂੰ ਖੇਤਾਂ ਵਿੱਚ ਨਹੀਂ ਵੜਨ ਦੇਣਾ। ਓਏ ਮੁਖਤਾਰ ਸਿੰਘਾ, ਮੈਂ ਪੰਜਾਬ ਦੇ ਘਰ ਘਰ ਵਿੱਚ ਸਿਵੇ ਵੜਦੇ ਵੇਖਣਾ ਚਾਹੁੰਦਾ। ਇੱਕ ਦਿਨ ਪੰਜਾਬ ਦੀ ਧਰਤੀ ਤੇ ਸਿਰਫ ਚੰਦੂ ਦਾ ਰਾਜ ਹੋਵੇਗਾ, ਸਿਰਫ ਚੰਦੂ ਦਾ, ਤੇ ਘਰ ਘਰ ਦੇ ਵਿੱਚ ਚੰਦੂ ਦੀ ਨਸਲ ਹੋਵੇਗੀ। ਅੰਮਾ, ਮੈਨੂੰ ਅੱਜ ਸਵੇਰੇ ਖੁਦ ਕਿੰਦੇ ਨੇ ਫੋਨ ਕਰਕੇ ਦੱਸਿਆ ਕਿ ਅੱਜ ਸੈਲਰ 'ਤੇ ਬਹੁਤ ਵੱਡੀ ਡੀਲ ਹੋਣੀ ਆ, ਇਹੀ ਮੌਕਾ ਆਪਣੇ ਕੋਲ। ਇਹੋ ਜਿਹੇ ਮੌਕੇ ਨਿਤ ਨਿਤ ਨਹੀਂ ਇੱਥੇ ਆਉਂਦੇ ਅੰਮਾ। ਜੇ ਡੀਲ ਸਿਰੇ ਚੜ ਗਈ ਤਾਂ ਰਹਿੰਦੀ ਖੁੰਦੀ ਜਵਾਨੀ ਵੀ ਚਿੱਟੇ ਦੇ ਰੋਡ ਰੁੜ ਜੂ। ਤੁਹਾਡੇ ਇਸ਼ਾਰੇ ਦੀ ਲੋੜ ਹੈ ਅੰਮਾ, ਸਾਰਾ ਪਿੰਡ ਤੁਹਾਡੇ ਨਾਲ ਹੈ।
ਚਲੋ। ਦੇ ਆਲਣੇ ਚ ਤਿੱਤਰਾਂ ਦਾ ਗਿੱਧਾ। ਖਾਧੀ ਪੀਤੀ ਜੀ ਭਟਕਿਆ ਫਿਰਦਾ ਕਬੂੜੀ ਦੇ ਥਾਪੜੇ ਨਾਲ। ਇਹ ਥਾਪੜਾ ਮਿਲਿਆ ਵੀ ਬਾਜ ਦੇ ਖੰਭ ਚਾੜਨ ਨੂੰ ਹੀ ਹੈ। ਘੇਰ ਲਓ ਸਾਲੇ ਨੂੰ। Thank you.
ਸਰਦਾਰਨੀ ਜਿੰਦਕਾਰ, ਇਹ ਜਨਾਨੀਆਂ ਦੀ ਤੇ ਗਿੱਦੜਾਂ ਦੀ ਫੌਜ ਲੈ ਕੇ ਤੂੰ ਬੱਬਰ ਸ਼ੇਰ ਦਾ ਸ਼ਿਕਾਰ ਕਰਨ ਆ ਗਈ ਹੈ। ਓਏ ਖਾਬ, ਤੈਨੂੰ ਕਿਹਨੇ ਸੁਣਾਇਆ ਜਿੰਦਕਾਰ, ਕਿਹਨੇ ਸੁਣਾਇਆ? ਬੱਦੋਵਾਲ ਦੀ ਸਰਦਾਰਨੀ ਨਹੀਂ, ਪੰਜਾਬ ਦੀ ਧੀ। ਅੱਜ ਮੈਂ ਤੇਰਾ ਸਾਰਾ ਲੇਖਾ ਪੂਰਾ ਕਰਨ ਆਈ ਹਾਂ ਚੰਦੂ। ਅੱਜ ਤੋਂ 24 ਵਰੇ ਪਹਿਲਾਂ ਵੀ ਤੂੰ ਦੱਲਾ ਸੀ ਤੇ ਅੱਜ ਵੀ ਦੱਲਾ ਹੀ ਹੈ। ਤੂੰ ਅਜੇ ਦੱਲਿਆਂ ਦੇ ਹੱਥ ਚੜੀ ਕਿੱਥੇ ਆ? ਉਹ ਹਾਲ ਕਰਕੇ ਛੱਡੂੰਗਾ ਤੇਰਾ ਕਿ ਰੱਬ ਨੇ ਤੈਨੂੰ ਮਰ ਨਹੀਂ ਦੇਣਾ ਤੇ ਚੰਦੂ ਨੇ ਤੈਨੂੰ ਜਿਉਣ ਨਹੀਂ ਦੇਣਾ, ਕਿਉਂਕਿ ਕਾਲ ਨੂੰ ਮੈਂ ਆਪਣੀ ਮੁੱਠੀ ਚ ਬੰਦ ਕੀਤਾ। ਜਦੋਂ ਚਾਹਵਾਂ, ਜਿੱਥੇ ਚਾਹਵਾਂ ਜ਼ਿੰਦਗੀ ਦੇ ਵੀ ਸਕਦਾ ਤੇ ਜ਼ਿੰਦਗੀ ਕਿੰਦੇ ਜ਼ਿੰਦਗੀ ਲੈਣਾ ਤੇ ਦੇਣਾ ਉੱਪਰ ਵਾਲੇ ਦੇ ਹੱਥ ਵਿੱਚ ਹੈ ਚੰਦੂ। ਤੂੰ ਇਨਸਾਨ ਨਹੀਂ, ਬੰਦੇ ਦੇ ਰੂਪ ਵਿੱਚ ਲੁਕਿਆ ਹੋਇਆ ਵੈਸ਼ੀ ਹੈ। ਯਾਦ ਰੱਖੀ, ਜੋ ਬੀਜਿਆ ਉਹੀ ਵੱਢਣਾ ਪਊ। ਅੱਜ ਮੈਂ ਤੇਰਾ ਸਿਰ ਵੱਢ ਕੇ ਇੱਥੋਂ ਲੈ ਜਾਵਾਂਗੀ। ਤੂੰ ਮੇਰਾ ਸਿਰ ਵੱਢ ਕੇ ਲੈ ਕੇ ਜਾਏਂਗੀ? ਲੱਖ ਕਾਗਾ, ਕਰੋੜ ਨਾਗਾ, ਇੱਛਾ ਤਾਰੀ ਨਾਗਾ ਮੈਂ। ਜਦ ਤੱਕ ਮੈਂ ਨਾ ਚਾਹਵਾਂ, ਮੌਤ ਮੇਰੇ ਕੋਲ ਦੀ ਨਹੀਂ ਲੰਘ ਸਕਦੀ, ਨਹੀਂ ਲੱਗ ਸਕਦੀ। ਮਾਰ ਤਾਂ ਉਦੋਂ ਤੈਨੂੰ ਮੈਂ ਪਿੰਡ ਦੀ ਸੱਤ ਚ ਦਿੰਦਾ, ਪਰ ਨਹੀਂ, ਨਿਓਲਾ ਜਦ ਤੱਕ ਸੱਪਣੀ ਦੇ ਟੋਟੇ ਟੋਟੇ ਨਾ ਕਰ ਦੇਵੇ ਉਹਨੂੰ ਸਵਾਦ ਨਹੀਂ ਆਉਂਦਾ, ਸਵਾਦ ਨਹੀਂ ਆਉਂਦਾ। ਤੇਰੀ ਤੇ ਤੇਰੇ ਪੁੱਤ ਦੀ ਮੜੀ ਤੇ ਦੀਵਾ ਬਾਲਣ ਵਾਲਾ ਮੈਂ ਇੱਕ ਨਹੀਂ ਛੱਡਣਾ। ਜਿੰਦਕਾਰੇ
ਮਿੱਟੀ ਦਾ ਜੇ ਮਟਕਾ ਬੰਦਿਆ ਮੋਹਾਂ ਦੇ ਸੰਗ ਭਰਿਆ ਔਲਤ ਸ਼ੌਹਰਤ ਪੁੱਤਰ ਧੀਆਂ ਅੰਤ ਨੂੰ ਸਭ ਕੁਝ ਹਰਿਆ ਸ਼ੁਕਰ ਮਨਾ ਕੇ ਖਾਵਾਂ ਬੇਸ਼ੁਕਰਾ